ਟ੍ਰੇਡ ਰੂਟ ਦਾ ਕੀ ਰਹਿੰਦਾ ਬਸ ਕਿੰਨਾ ਮਤਲਬ ਇੱਕ ਆਮ ਗਾਹਕ ਆਵੇ ਹਾਂਜੀ ਕੀ ਦਿਮਾਗ 'ਚ ਲੈ ਕੇ ਆਵੇ ਕਿ ਹਾਂ ਮੈਨੂੰ ਸਸਤਾ ਗਾਹਕ ਬਈ ਦਿਮਾਗ 'ਚ ਇਹ ਲੈ ਕੇ ਆਵੇ ਵੀ ਕੁਆਲਿਟੀ ਦੀ ਜ਼ਿੰਮੇਵਾਰੀ ਹੋ ਗਲਤ ਗਾਈਡ ਨਹੀਂ ਕਰਾਂਗੇ ਰੇਟ ਦੀ ਜ਼ਿੰਮੇਵਾਰੀ ਹੋ ਇਹ 'ਚ ਦੇਵਾਂਗੇ ਰੇਟ ਸਹੀ ਦੇਵਾਂਗੇ ਜਿਹੜਾ ਪੁਰਾਣਾ ਸਮਾਨ ਲਵਾਂਗੇ ਉਹਨਾਂ ਤੋਂ ਉਹਦਾ ਰੇਟ ਸਹੀ ਲਾਵਾਂਗੇ ਗਲਤ ਨਹੀਂ ਲਾਉਂਦੇ ਨਾ ਟਾਇਰ ਦੇਵਾਂਗੇ ਫਰੈਸ਼ ਡੇਟ 'ਤੇ ਦੇਵਾਂਗੇ ਸਾਡੀ ਲਾਈਨ 'ਚ ਬਈ ਡੇਟ ਦਾ ਬੜਾ ਫਰਕ ਪੈਂਦਾ ਜਿਵੇਂ ਹੈ ਨਾ 23 ਮਾਡਲ ਅੱਜ ਕੱਲ੍ਹ 23 ਚੱਲ ਰਿਹਾ ਜੇ 22 ਲੈਣੇ ਉਹ ਸਸਤਾ ਹੁੰਦਾ ਟਾਇਰ 23 ਵਾਲਾ ਮਹਿੰਗਾ ਹੁੰਦਾ ਪਤਾ ਵਾ ਅਗਲੇ ਨੂੰ ਸਹੀ ਗਾਈਡ ਕਰਕੇ ਸਹੀ ਚੀਜ਼ ਦੇਵਾਂਗੇ ਆਹ ਸਟਾਕ ਬਹੁਤ ਪਿਆ ਯਾਰ ਤੇਰੇ ਕੋਲ ਤਾਂ ਪੁਰਾਣੇ ਟਾਇਰਾਂ ਦਾ ਹਾਂਜੀ ਹਾਂ ਪੁਰਾਣਿਆਂ 'ਚ ਹੀ ਪਿਆ ਮੈਂ ਨਵਿਆਂ 'ਚ ਨਹੀਂ ਵੇਚਦਾ ਮੇਰਾ ਮਨ ਨਹੀਂ ਮੰਨਦਾ ਉਹ ਚੀਜ਼ ਕਰਨ ਦਾ ਯਾਰ ਮੈਂ ਤਾਂ ਕਿਹਾ ਕਿਤੇ ਆ ਫਿੱਟ ਕੀਤਾ ਹੁਣ ਨਵਾਂ ਨਹੀਂ ਨਹੀਂ ਬਈ ਇਹ ਪੁਰਾਣਾ ਹੀ ਹੈ ਦੇਖੋ ਇਹ ਆਹ ਚੀਜ਼ਾਂ ਨਾ ਦੇਖੋ ਆ ਦਾਣਾ ਟਾਇਰ ਦੇ ਉੱਪਰ ਬਿਲਕੁਲ ਉਵੇਂ ਹੀ ਖੜਾ ਵੀਰੇ ਹਾਂ ਕੱਢਿਆ ਵੀ ਆਪਾਂ ਸਟੈਪ ਨਹੀਂ ਥੱਲੇ ਵੀ ਨਹੀਂ ਲੱਗਿਆ ਟਾਇਰ ਬਈ ਇਹ ਆ ਦੇਖੀ ਵੀਰੇ ਤਾਂ ਆ ਦੇਖ ਆ ਚੀਜ਼ ਤਾਂ ਆ ਤਾਂ ਪਹਿਲੇ ਦੇਣੀ ਕਾ ਜੂਗੀ ਆਹ ਬਰਨਾਲੇ ਦੇ ਵਿੱਚਾਂ ਵੱਲੋਂ ਆਪਾਂ ਇਸ ਵਕਤ ਜੈਨ ਵੀਲਸ ਵਾਲਿਆਂ ਦੇ ਆ ਜੈਨ ਵੀਲਸ ਬਰਨਾਲੇ ਜੇ ਤੁਸੀਂ ਵੀਲ ਪਾਉਣੇ ਆ ਨਾ ਗੱਡੀ ਦੇ ਤਾਂ ਬਹੁਤ ਵਧੀਆ ਟਿਕਾਣੇ ਦੀ ਤੁਹਾਨੂੰ ਗੱਲ ਦੱਸਾਂਗੇ ਅੱਜ ਐਡਵਰਟਾਈਜ਼ਮੈਂਟ ਨਹੀਂ ਇਕੱਲੀ ਕਰਨੀ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਕਿਸ ਤਰ੍ਹਾਂ ਟਾਇਰਾਂ ਤੋਂ ਤੁਸੀਂ ਕਿਵੇਂ ਪਰਖਣਾ ਟਾਇਰ ਇੱਕ ਕੰਪਨੀ ਦੇ ਟਾਇਰ ਦੇ ਵਿੱਚ ਵੀ ਕੀ ਪੜਦਾ ਹੁੰਦਾ ਉਹ ਵੀ ਗੱਲਬਾਤ ਕਰਾਂਗੇ ਵੀਲਾਂ ਬਾਰੇ ਵੀ ਗੱਲਬਾਤ ਕਰਾਂਗੇ ਜਾਣਕਾਰੀ ਵੀ ਦੇਵਾਂਗੇ ਕੀ ਆਫਰ ਹੈ ਤੁਹਾਡੇ ਲਈ ਕਿਹੜੀ ਚੀਜ਼ ਦੇ ਵਿੱਚ ਬਚਤ ਆ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਵੀਲ ਕਿਸ ਭਾਅ ਦੇ ਵਿੱਚ ਤੁਹਾਨੂੰ ਪੈ ਜਾਣਗੇ ਇਹ ਵੀ ਤੁਸੀਂ ਇਨਕੁਆਇਰੀ ਕਰ ਸਕਦੇ ਆ ਨੰਬਰ ਆ ਪਰ ਪਹਿਲਾਂ ਮੈਂ ਤੁਹਾਨੂੰ ਸ਼ੋਰੂਮ ਦਿਖਾ ਦਿਆਂ ਜਿਹੜਾ ਬਹੁਤ ਕਮਾਲ ਸ਼ੋਰੂਮ ਬਣਿਆ ਆ ਜਾਓ ਨਿੱਕੀ ਜਿਹੀ ਉਮਰ ਦਾ ਮੁੰਡਾ ਨਵੀਂ ਉਮਰ ਦਾ ਮੁੰਡਾ ਬਹੁਤ ਸੋਹਣਾ ਕੰਮ ਕਰਦਾ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦਾ ਕਿ ਕਿੱਡੀ ਵਧੀਆ ਕਿੰਨਾ ਸੋਹਣਾ ਸ਼ੋਰੂਮ ਬਣਿਆ ਹੋਇਆ ਆ ਜਾਓ ਪਹਿਲਾਂ ਸਾਰੇ ਸ਼ੋਰੂਮ ਦਾ ਗੇੜਾ ਮਾਰਦੇ ਹਾਂ ਆਪਾਂ ਤੁਹਾਨੂੰ ਮੈਂ ਦਿਖਾਉਂਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਵਰਾਇਟੀਆਂ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਸ਼ੋਰੂਮ ਦੇ ਵਿੱਚ ਆ ਆਪਣੇ ਨਾਲ ਇਸ ਸ਼ੋਰੂਮ ਦੇ ਮਾਲਕ ਆ ਵੰਸ਼ਿਸ਼ ਪਹਿਲਾਂ ਆਪਾਂ ਸਾਰੇ ਸ਼ੋਰੂਮ 'ਚ ਗੇੜਾ ਮਾਰਿਆ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਜਿਉਂਦਾ ਰਹਿ ਜੀ ਹਾਂ ਵਧੀਆ ਪ੍ਰੀਤ ਬਾਹਰ ਨਿਕਲ ਬਾਹਰ ਆ ਆਪਣੇ ਸਾਰੇ ਬੰਦੇ ਨੂੰ ਕਿਹਾ ਕਿ ਆਪਦਾ ਕੰਮ ਕਰੀ ਚੱਲੋਗੇ ਮਗਰ ਨਾ ਤੁਰੇ ਫਿਰ ਉਹ ਸਾਡੇ ਹਾਂ ਕੋਈ ਗੱਲ ਨਹੀਂ ਸਾਰਾ ਕੁਝ ਦਿਖਾਵਾਂਗੇ ਸਾਰੇ ਬੰਦੇ ਦਿਖਾਵਾਂਗੇ ਇੱਧਰਲੇ ਪਾਸੇ ਟਾਇਰ ਪਏ ਆ ਸਾਰੇ ਸ਼ੋਰੂਮ ਦਾ ਤੁਹਾਨੂੰ ਇੱਕ ਵਾਰ ਗੇੜਾ ਮਰਾ ਦਿਆਂ ਪੁਰਾਣੇ ਟਾਇਰ ਵੀ ਹੁੰਦੇ ਆ ਪੁਰਾਣੇ ਵਿੱਚ ਵੀ ਕੱਟ ਲੈਂਦੇ ਆ ਟਾਇਰ ਨਵੇਂ ਵੀ ਕੱਟ ਲੈਂਦੇ ਆ ਵੰਸ਼ ਕੰਮ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਬਾਈ 2 ਸਾਲ ਲੱਗ ਗਏ 2 ਸਾਲ ਹੋ ਗਏ ਹਾਂਜੀ ਹਾਂ ਸੋਹਣੀ ਤਰੱਕੀ ਕੀਤੀ ਆ ਚਲੋ ਸ਼ੁਕਰ ਆ ਬਾਈ ਮਾਲਕ ਦਾ ਦੇਖੋ ਲੱਗੇ ਹੋਏ ਆ ਸੋਹਣਾ ਕੰਮ ਕੀਤਾ ਵਾ ਚੰਗੀਆਂ ਕੰਪਨੀਆਂ ਪਲਾਟੀ ਦੇ ਪਏ ਆ ਵੈਕਟਰ ਦੇ ਪਏ ਆ ਹਨਾ ਹੌਲੀ ਹੌਲੀ ਵਧੀ ਜਾਂਦੇ ਆ ਬਾਈ ਸਭ ਦੇ ਸਾਥ ਨਾਲ ਹਾਂ ਲੋਕਾਂ ਨੇ ਬਹੁਤ ਵਧੀਆ ਬਈ ਆਪਾਂ ਨੂੰ ਸਪੋਰਟ ਕਰਿਆ ਤਾਂ ਹੀ ਦਿਨੋਂ ਦਿਨ ਗਰੋਥ ਹੋਈ ਜਾਂਦੀ ਹੈ ਜੀ ਵਧੀਆ ਮਤਲਬ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਗੱਡੀਆਂ 3-4 ਗੱਡੀਆਂ ਦੇ ਬਦਲੀ ਆ ਹਾਂਜੀ 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 ਮਤਲਬ ਵਧੀਆ ਗਾਹਕਾਂ ਦਾ ਹੈਗਾ ਨੇੜੇ ਤੇੜੇ ਤੱਕ ਨਹੀਂ ਬਹੁਤ ਵਧੀਆ ਬਈ ਆਲੇ ਦੇ ਵਾਲੇ ਤੁਸੀਂ ਮੰਨ ਕੇ ਚਲੋ 100 ਕਿਲੋਮੀਟਰ ਦੇ ਏਰੀਏ ਤੱਕ 100-125 ਕਿਲੋਮੀਟਰ ਦੇ ਏਰੀਏ ਤੱਕ ਲੋਕ ਮਤਲਬ ਆਉਣ ਲੱਗ ਗਏ ਜੀ ਤੇ ਮਨਸ਼ ਕੀ ਰਿਹਾ ਐਡਵਰਟਾਈਜ਼ਮੈਂਟ ਦਾ ਹੁਣ ਤੱਕ ਕੀ ਜ਼ਰੀਆ ਰਿਹਾ ਹੁਣ ਤਾਂ ਚਲੋ ਆਪਾਂ ਐਡਵਰਟਾਈਜ਼ਮੈਂਟ ਦਾ ਬਈ ਗਾਹਕ ਹੀ ਜ਼ਰੀਆ ਰਹੇ ਮੇਰੇ ਤਾਂ ਜੀ ਜਿੰਨੇ ਜਿਵੇਂ ਕੋਈ ਮਿੱਤਰ ਪਾ ਗਿਆ ਕੋਈ ਉਹ ਗਾਹਾਂ ਦੀ ਗਾਹਾਂ ਸਰਕਲ 'ਚ ਐਡਵਰਟਾਈਜ਼ ਕਰਦੇ ਰਹੇ ਗਾਹਾਂ ਦੀ ਗਾਹਾਂ ਮਤਲਬ ਵੀ ਐਂ ਕੋਈ ਆਪਾਂ ਪੇਡ ਐਡਵਰਟਾਈਜ਼ਮੈਂਟ ਨਹੀਂ ਕਰਾਈ ਜੀ ਤੇ ਗਾਹਕਾਂ ਦੇ ਥਰੂ ਹੀ ਗਾਹਾਂ ਦੀ ਗਾਹਾਂ ਵਧੀ ਗਈ ਸਰਕਲ ਗਾਹਕਾਂ ਦੇ ਹੁਣ ਆਪਾਂ ਦਿਖਾਈਏ ਗਾਹਕਾਂ ਨੂੰ ਵੀ ਆਪਣੇ ਕੋਲ ਕੀ ਆਫਰ ਹੈ ਗੱਡੀਆਂ ਲਈ ਕਿਸ ਤਰ੍ਹਾਂ ਦੇ ਆਫਰ ਆ ਕੁਛ ਤਾਂ ਆਪਾਂ ਫੋਟੋ ਵਗੈਰਾ ਤੁਹਾਡੇ ਕੋਲ ਵੀਡੀਓ ਹੋਣਗੀ ਹਨਾ ਹਾਂਜੀ ਹਾਂਜੀ ਬਈ ਉਹ ਲਾ ਦੇਵਾਂਗੇ ਆਪਾਂ ਪਹਿਲਾਂ ਬੀਲਾਂ ਤੇ ਗੱਲ ਕਰਨ ਲੱਗੀਏ ਹਾਂਜੀ ਹਾਂ ਪਹਿਲਾਂ ਬਈ ਬੀਲਾਂ ਤੇ ਬੀਲਾਂ ਤੋਂ ਇਧਰੋਂ ਸ਼ੁਰੂ ਕਰੀਏ ਹਾਂਜੀ ਹਾਂਜੀ ਬਈ ਇਧਰੋਂ ਸ਼ੁਰੂ ਕਰਦੇ ਆ ਤਾਂ ਕਿਵੇਂ ਬੀਲਾਂ ਦਾ ਵੰਸ਼ ਕੀ ਰਿਹਾ ਤੁਹਾਡੇ ਕੋਲੇ ਕਿਸ ਗੱਡੀ ਤੋਂ ਲੈ ਕੇ ਕਿਸ ਗੱਡੀ ਤੱਕ ਦੇ ਵੀਲ ਹੁੰਦੇ ਆ ਬਈ ਮੇਰੇ ਕੋਲੇ 13 ਨੰਬਰ ਤੋਂ ਸਟਾਰਟ ਹੁੰਦੇ ਨੇ ਜਿਵੇਂ ਜ਼ੈਨ ਆਲਟੋ ਛੋਟੇ ਜਿਵੇਂ ਮਰੂਤੀ ਕਾਰ ਵਾਸਤੇ 13 ਨੰਬਰ ਤੋਂ ਸਟਾਰਟ ਹੋ ਕੇ ਮੇਰੇ ਕੋਲੇ ਬਈ 24 ਨੰਬਰ ਤੱਕ ਅਵੇਲੇਬਲ ਨੇ ਫਿਲਹਾਲ ਤੇ ਜਿਵੇਂ ਹੁਣ 13 ਨੰਬਰ ਦੀ ਆਹ ਵੈਰਾਈਟੀ ਆ ਗਈ ਬਈ ਕੋਸ਼ਿਸ਼ ਕਰਦੇ ਵੀ ਵੈਰਾਈਟੀ ਸਾਰੀ ਪੂਰੀ ਰੱਖੀਏ ਹਨਾ ਸਾਰੇ ਬ੍ਰਾਂਡਸ ਅਵੇਲੇਬਲ ਹੁੰਦੇ ਨੇ ਬਲਾਟੀ ਹੋ ਗਿਆ ਜੀ ਮੈਕਸ ਹੋ ਗਿਆ ਵਿਕਟਰ ਹੋ ਗਿਆ ਜਾਂ ਆਪਣਾ ਕੀ ਕਹਿੰਦੇ ਨੇ ਜੀ ਬੋਸਨ ਹੋ ਗਿਆ ਸਾਰੇ ਅਵੇਲੇਬਲ ਨੇ ਬਈ ਤੇ ਕੋਸ਼ਿਸ਼ ਹੁੰਦੀ ਹੈ ਵੀ ਵੈਰਾਈਟੀ ਦੇਖੋ ਸਾਰੀ ਪੂਰੀ ਕਰੀਏ ਆਪਾਂ ਹੈ ਨਾ ਸਾਰੇ ਕਲਰ ਜਿੰਨੇ ਆਉਂਦੇ ਨੇ ਸਿਲਵਰ ਹੋ ਗਿਆ ਬਲੈਕ ਹੋ ਗਿਆ ਸਾਰੇ ਪੂਰੇ ਕਰੀਏ ਆਹ 14 ਨੰਬਰ ਦੀ ਆ ਗਈ ਬਈ ਜਿਵੇਂ ਸਵਿਫਟ ਦੇ ਕਿਸੇ ਨੇ ਨੋਰਮਲ ਟਾਇਰਾਂ 'ਚ ਪਾਉਣੇ ਹੋਣ ਜਿਹੜੇ ਨਾਲ ਟਾਇਰ ਆਉਂਦੇ ਨੇ ਉਹਨਾਂ ਵਾਸਤੇ ਆਹ ਆਪਸ਼ਨਸ ਨੇ ਸਵਿਫਟ ਹੋ ਗਈ ਪੁਰਾਣੀ i20 ਹੋ ਗਈ ਬਈ ਉਹਨਾਂ ਵਾਸਤੇ ਆਪਸ਼ਨਸ ਆ ਜਾਂਦੇ ਨੇ ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਰਿਹਾ ਆਹ ਰੈੱਡ ਕਲਰ ਵਾਲਾ ਇਹਨੂੰ ਅੰਡਰ ਕੱਟ ਕਹਿ ਰਹੇ ਨੇ ਜਿਵੇਂ ਆਹ ਚੀਜ਼ਾਂ ਦਾ ਬੜਾ ਟ੍ਰੈਂਡ ਚੱਲ ਰਿਹਾ ਹੈਗਾ ਹੈ ਨਾ ਹਾਂ ਜਾਂ ਅੱਜ ਕੱਲ੍ਹ ਆਹ ਬਹੁਤ ਚੱਲ ਰਿਹਾ ਲਾਏ ਇਹਦਾ ਬੜਾ
ਮਾਡਲ ਬੜਾ ਫੇਮਸ ਇਹ 14 ਚ ਆ ਗਏ ਇਹ 14 ਚ ਆ ਗਏ ਸਾਰੇ 14 ਦੇ ਆ ਗਏ ਹਾਂ ਉਸ ਤੋਂ ਅੱਗੇ ਆ ਗਿਆ 15 ਆਮ ਸਵਿਫਟਾਂ ਦੇ ਲੋਕ 15 ਵੀ ਪਵਾ ਲੈਂਦੇ ਹਾਂਜੀ ਹਾਂ ਜਿਵੇਂ ਆ ਸਵਿਫਟਾਂ ਦੀ ਰੇਂਜ ਆ ਗਈ ਬਈ 15 ਦੀ ਇਹ ਸਾਰੇ ਮਾਡਲ ਸਵਿਫਟ ਦੇ i20 ਦੇ ਪੈਨ ਵਾਲੇ ਨੇ ਜੀ ਮਤਲਬ ਵੀ ਇਹਦੇ ਅੰਦਰ ਜਿਵੇਂ 4 ਹੋਲ ਵਾਲੇ ਆ ਜਾਂਦੇ ਨੇ ਵੀ 4 ਸਰਖ ਵਾਲੇ ਗੱਡੀਆਂ ਜਿਵੇਂ ਵਰਨਾ ਹੋ ਗਈ ਸਵਿਫਟ ਹੋ ਗਈ i20 ਹੋ ਗਈ ਛੋਟੀਆਂ ਗੱਡੀਆਂ ਦੇ ਸਾਰਿਆਂ ਦੇ ਆ ਪੈਣਗੇ ਬਈ ਡਿਜ਼ਾਇਰ ਹੋ ਗਈ ਸਿਆਜ਼ ਹੋ ਗਈ ਇਹਨਾਂ ਦੇ ਸਭ ਦੇ ਪੈਂਦੇ ਨੇ ਜੀ ਰੇਟ ਰੂਟ ਦਾ ਕੀ ਰਹਿੰਦਾ ਬਸ ਕਿੰਨਾ ਮਤਲਬ ਇੱਕ ਆਮ ਗਾਹਕ ਆਵੇ ਹਾਂਜੀ ਕੀ ਦਿਮਾਗ 'ਚ ਲੈ ਕੇ ਆਵੇ ਕਿ ਹਾਂ ਮੈਨੂੰ ਸਸਤਾ ਗਾਹਕ ਬਈ ਦਿਮਾਗ 'ਚ ਇਹ ਲੈ ਕੇ ਆਵੇ ਵੀ ਕੁਆਲਿਟੀ ਦੀ ਜ਼ਿੰਮੇਵਾਰੀ ਹੋ ਗਲਤ ਗਾਈਡ ਨਹੀਂ ਕਰਾਂਗੇ ਰੇਟ ਦੀ ਜ਼ਿੰਮੇਵਾਰੀ ਹੋ ਇਹ 'ਚ ਇਹ ਚਾਹੇ ਹੁੰਦਾ ਬਈ ਸਾਡੀ ਲਾਈਨ 'ਚ ਸਭ ਤੋਂ ਵੱਡਾ ਕੰਮ ਹੀ ਹੈ ਓਹਲੇ ਦਾ ਦਿਖਾਉਂਦੇ ਕੁਛ ਨੇ ਬਾਅਦ 'ਚ ਉਹਨੂੰ ਕਨਵਰਟ ਕਰਕੇ ਪਾਉਂਦੇ ਕੁਛ ਨੇ ਆਪਾਂ ਉਹ ਕੰਮ ਨਹੀਂ ਕਰਦੇ ਆਪਾਂ ਨੂੰ ਐਂ ਹੁੰਦਾ ਵੀ ਜੋ ਚੀਜ਼ ਦੇਵਾਂਗੇ ਰੇਟ ਸਹੀ ਦੇਵਾਂਗੇ ਜਿਹੜਾ ਪੁਰਾਣਾ ਸਮਾਨ ਲਵਾਂਗੇ ਉਹਨਾਂ ਤੋਂ ਉਹਦਾ ਰੇਟ ਸਹੀ ਲਵਾਂਗੇ ਗਲਤ ਨਹੀਂ ਲਾਉਂਦੇ ਨਾ ਟਾਇਰ ਦੇਵਾਂਗੇ ਫਰੈਸ਼ ਡੇਟ 'ਤੇ ਦੇਵਾਂਗੇ ਸਾਡੀ ਲਾਈਨ 'ਚ ਬਈ ਡੇਟ ਦਾ ਬੜਾ ਫਰਕ ਪੈਂਦਾ ਜਿਵੇਂ ਨਾ 23 ਮਾਡਲ ਅੱਜ ਕੱਲ੍ਹ 23 ਚੱਲ ਰਿਹਾ ਜੇ 22 ਲੈਣੇ ਉਹ ਸਸਤਾ ਹੁੰਦਾ ਟਾਇਰ 23 ਵਾਲਾ ਮਹਿੰਗਾ ਹੁੰਦਾ ਪਤਾ ਵਾ ਅਗਲੇ ਨੂੰ ਸਹੀ ਗਾਈਡ ਕਰਕੇ ਸਹੀ ਚੀਜ਼ ਦੇਵਾਂਗੇ ਗਰੰਟੀ ਵਾਰੰਟੀ ਜਿਹੜੀ ਹੋਊਗੀ ਉਹ ਸਹੀ ਭੁਗਤਾਵਾਂਗੇ ਮੇਨ ਤਾਂ ਗੱਲਾਂ ਆ ਬਈ ਪਾਉਣੇ ਬਹੁਤ ਸੌਖੇ ਨੇ ਅੱਜ ਬਾਅਦ 'ਚ ਮੁੜ ਕੇ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਪ੍ਰੋਬਲਮ ਆਉਂਦੀ ਆ ਫਿਰ ਬੰਦਾ ਫਿਰ ਨਹੀਂ ਬੰਦਾ ਚੱਲਦਾ ਫਿਰ ਅਗਲਾ ਕਹਿੰਦਾ ਨਹੀਂ ਜੀ ਉਦੋਂ ਐਂ ਕਿਹਾ ਸੀ ਫਿਰ ਗੱਲਾਂ ਹੋਰ ਹੋ ਜਾਂਦੀਆਂ ਨੇ ਆਪਣਾ ਇਹ ਨਹੀਂ ਆਪਾਂ ਸਹੀ ਕਰਾਂਗੇ ਅਗਲੇ ਨੂੰ ਲਿਖ ਕੇ ਦੇਵਾਂਗੇ ਜੋ ਗਰੰਟੀ ਵਾਰੰਟੀ ਆ ਅਤੇ ਸਹੀ ਅਗਲੇ ਦੀ ਪ੍ਰੋਪਰ ਅਗਲੇ ਨੂੰ ਮਤਲਬ ਸੈਟਿਸਫਾਈ ਕਰਕੇ ਤੋਰਾਂਗੇ ਜੀ ਨਹੀਂ ਬੰਸ਼ ਜੀ ਮੈਨੂੰ ਆਹ ਗੱਲ ਅੱਜ ਪਤਾ ਲੱਗ ਰਹੀ ਹੈ ਵੀ ਟਾਇਰਾਂ ਦੇ ਮਾਡਲ ਹੁੰਦੇ ਆ ਹਾਂਜੀ ਹਾਂ ਬਾਈ ਜਿਵੇਂ ਹੁਣ ਬਾਈ ਮੈਂ ਤੁਹਾਨੂੰ ਦਿਖਾਉਣਾ ਗਾ ਛੋਟੀ ਜਿਹੀ ਜਿਵੇਂ ਇੱਧਰ ਆ ਜਾਓ ਬਾਈ ਜਿਵੇਂ ਹੁਣ ਯੋਕੋਹਾਮਾ ਦਾ ਟਾਇਰ ਆ ਵੀਰੇ ਹੁਣ ਯੋਕੋਹਾਮਾ ਦੇ ਟਾਇਰ ਦੇ ਅੰਦਰ ਵੀ ਵੈਰਾਈਟੀਆਂ ਆਉਂਦੀਆਂ ਨੇ ਜਿਵੇਂ ਹੁਣ ਆਹ ਅਰਥਵਨ ਮਾਡਲ ਆ ਗਿਆ ਜੀ ਇਹ ਵੀ 85-65-15 ਬਾਈ ਠੀਕ ਹੈ ਜੀ ਹੁਣ 50 ਸੇਮ ਸਾਈਜ਼ ਦੇ ਅੰਦਰ ਬਾਈ ਇੱਕ ਮਾਡਲ ਆ ਗਿਆ ਜੀ GT ਦਾ ਉਹ ਜਿਵੇਂ ਆਹ ਚੀਜ਼ ਆ ਗਈ ਕੱਢੋ ਦੱਸੇ ਕੱਢੋ ਜਿਵੇਂ ਇਹਦੇ ਅੰਦਰ GT ਦਾ ਮਾਡਲ ਆ ਗਿਆ ਜੀ ਉਹ ਆਹ ਚੀਜ਼ ਆ ਗਈ ਜੀ ਉਹ ਆਹ ਪੈਟਰਨ ਆ ਗਿਆ ਹੁਣ ਇਹਦੇ ਤੇ ਉਹਦੇ ਰੇਟ ਦਾ ਫਰਕ ਹੈ ਜੀ ਫਿਰ ਉਹ ਤੋਂ ਬਾਅਦ ਇੱਕ ਮਾਡਲ ਆ ਗਿਆ ਬਈ ਐਸ ਡਰਾਈਵ ਦਾ ਐਸ ਡਰਾਈਵ ਇਹਨੂੰ ਆਹ ਕਹਿ ਦਿੰਦੇ ਨੇ ਜਿਵੇਂ ਯੋਕੋਹਾਮਾ 'ਚ ਆ ਗਿਆ ਜੀ ਇਹਨਾਂ ਹੁਣ ਇਹਨਾਂ ਦੇ ਆਪਸ 'ਚ ਰੇਟਾਂ ਦਾ ਫਰਕ ਹੁੰਦਾ ਜੀ 100 ਦਾ 200 ਦਾ ਹੁਣ ਜਿਵੇਂ ਬ੍ਰਿਸਟੋਨ ਆ ਬਈ ਬ੍ਰਿਸਟੋਨ ਆਪਾਂ ਸੁਣਿਆ ਆਮ ਕਸਟਮਰ ਕਹਿੰਦਾ ਵੀ ਬ੍ਰਿਸਟੋਨ ਮੈਨੂੰ ਜੀ ਸਵਿਫਟ ਦਾ ਟਾਇਰ ਬ੍ਰਿਸਟੋਨ ਦਾ 3800 ਦਾ ਮਿਲਦਾ ਹੁਣ ਉਹ ਟਾਇਰ ਆ ਜਿਹੜਾ ਉਹਦਾ ਮਾਡਲ EP 150 ਨੰਬਰ ਮਾਡਲ ਆਉਂਦਾ ਉਹਦੀ ਗਰੰਟੀ ਨਹੀਂ ਆਉਂਦੀ ਕੰਪਨੀ ਉਹਦੀ ਗਰੰਟੀ ਨਹੀਂ ਦਿੰਦੀ ਇੱਕ ਮਾਡਲ ਆਉਂਦਾ ਸਟਰਡੋ ਦਾ ਜਿਹੜਾ ਆਹ ਮਾਡਲ ਆਉਂਦਾ ਇਹਦੀ ਕੱਟ ਦੀ ਗਰੰਟੀ ਆਉਂਦੀ ਹੁਣ ਆਪਸ 'ਚ ਰੇਟ ਦਾ 4-500 ਦਾ ਫਰਕ ਹੈ ਬਈ ਇਹੀ ਓਹਲੇ ਨੇ ਆਪਣੇ ਕੋਲ ਬਈ ਸਾਰਾ ਕੁਝ ਅਵੇਲੇਬਲ ਆ ਦੋਨੇ ਮਾਡਲ ਅਵੇਲੇਬਲ ਨੇ ਹੈ ਨਾ ਫਰੈਸ਼ ਡੇਟ ਦੇ ਟਾਇਰ ਅਵੇਲੇਬਲ ਨੇ ਅਗਲੇ ਨੂੰ ਦੱਸ ਕੇ ਸਹੀ ਗਾਈਡ ਕਰਕੇ ਪਾਉਣੇ ਆ ਗਲਤ ਓਲਾ ਨਹੀਂ ਰੱਖਦੇ ਕੋਈ ਤਾਂ ਹੀ ਰੱਬ ਦੀ ਕਿਰਪਾ ਨਾਲ ਬਈ 2 ਸਾਲਾਂ 'ਚ ਦੇਖੋ ਪਰਮਾਤਮਾ ਨੇ ਤਰੱਕੀ ਬਖਸ਼ੀ ਹੈ ਤਾਂ ਹੀ ਬਖਸ਼ੀ ਹੈ ਨਹੀਂ ਬਸ ਤੇਰੀ ਉਮਰ ਛੋਟੀ ਆ ਤੈਨੂੰ ਤਾਂ ਹਜੇ ਮਤਲਬ ਆਪਾਂ ਇਹ ਕਹਿ ਸਕਦੇ ਵੀ ਤੇਰੇ ਕੋਲ ਰਾਹ ਹੀ ਬਹੁਤ ਖੁੱਲ੍ਹਾ ਪਿਆ ਤਰੱਕੀ ਕਰਨ ਵਾਸਤੇ ਬਈ ਬਸ ਇਹ ਪਰਮਾਤਮਾ ਨੇ ਰੱਬ ਨੇ ਤੁਸੀਂ ਐਂ ਲਾ ਲਓ ਵੀ ਆਪਾਂ ਨੂੰ ਬਖਸ਼ਿਆ ਤਰੱਕੀ ਬਖਸ਼ੀ ਹੈ ਪਰਮਾਤਮਾ ਨੇ ਰਾਹ ਪਾਤਾ ਆਪਾਂ ਪੈ ਗਏ ਸਹੀ ਰਾਹ ਹੁਣ ਆਏ ਜੀ ਵਧੀ ਜਾਂਦੇ ਹੌਲੀ ਹੌਲੀ ਕਿੰਨੇ ਮੁੰਡੇ ਕਿੰਨੇ ਕੰਮ ਕਰਦੇ ਆ ਮਤਲਬ ਮੇਰੇ ਕੋਲ ਵੀ ਤਕਰੀਬਨ ਅੱਜ ਦੀ ਰੇਟ 'ਚ 20 ਮੁੰਡੇ ਕੰਮ ਕਰਦੇ ਨੇ 20 ਮੁੰਡੇ ਕੰਮ ਕਰਦੇ ਆ 20 ਮੁੰਡੇ ਵੀ ਰੋਟੀ ਖਾਈ ਜਾਂਦੇ ਆ ਵਧੀਆ ਹਾਂਜੀ ਹਾਂ ਚਲੋ ਆਪਾਂ ਨੂੰ ਵੀ ਬਣਾ ਕੇ ਦੇਈ ਜਾਂਦੇ ਆ ਹਾਂਜੀ ਹਾਂ ਮਤਲਬ ਜੇ ਆ ਜਾਂਦੀਆਂ ਗੱਡੀਆਂ ਆ ਜਾਂਦੀਆਂ ਤਾਂ 5-7 ਗੱਡੀਆਂ ਦੇ ਵਧੀਆ ਕਿੰਨੀਆਂ ਗੱਡੀਆਂ ਦੇ ਚੇਂਜ ਹੋ ਜਾਂਦੇ ਆ ਬਈ ਇੱਕ ਟਾਈਮ ਤੇ ਤੁਸੀਂ ਮੰਨ ਕੇ ਚਲੋ ਹੁਣ ਇਸ ਟਾਈਮ ਤੇ 15 ਗੱਡੀਆਂ ਦੇ ਇਕੱਠੇ ਚੇਂਜ ਕਰ ਦਿੰਦੇ ਆ 14-15 ਗੱਡੀਆਂ ਇੰਨਾ ਪ੍ਰਬੰਧ ਹੈਗਾ ਹੌਲੀ ਹੌਲੀ ਵਧਾਈ ਜਾਂਦੇ ਬਈ ਜਿਵੇਂ ਜਿਵੇਂ ਕੰਮ ਵਧੀ ਜਾਂਦਾ 2-3 ਤੋਂ ਸ਼ੁਰੂ ਕਰਿਆ ਸੀਗਾ ਹੁਣ ਸੁੱਖ ਨਾਲ ਵਧ ਗਿਆ ਹੋਰ ਵਧਾ ਰਹੇ ਆ ਬਈ ਬਿਟ ਟਾਈਮ ਜਿਵੇਂ 7-8 ਗੱਡੀਆਂ ਨਾਲ ਤੁਹਾਡੇ ਸਾਹਮਣੇ ਖੜੀਆਂ ਹੀ ਨੇ ਫਿੱਟ ਹੋ ਰਹੀਆਂ ਨੇ ਅਲਾਈਨਮੈਂਟ ਵੀਲ ਬੈਲੈਂਸਿੰਗ ਵਾਲਾ ਸਾਰਾ ਸਿਸਟਮ ਆਪਾਂ ਰੱਖਿਆ ਹੋਇਆ ਹੈਗਾ ਉਹ ਹੋ ਜਾਂਦਾ ਜੀ ਬਜੇ ਟਾਇਰਾਂ 'ਚ ਕਿਹੜੀ ਕਿਹੜੀ ਕੰਪਨੀ ਕੋਈ ਸਪੈਸ਼ਲ ਕੰਪਨੀ ਨਾਲ ਕੰਮ ਕਰਦੇ ਆ ਸਾਰੇ ਨਹੀਂ ਸਾਰਿਆਂ ਨਾਲ ਹੀ ਕਰਦੇ ਆ ਬਈ ਜਿਵੇਂ ਅਪੋਲੋ ਬ੍ਰਿਸਟੋਨ ਯੋਕੋਹਾਮਾ ਜੇ ਤਾਂ ਇੰਡੀਅਨ ਬ੍ਰਾਂਡਸ ਆ ਗਏ ਵੀਰੇ ਇਹਨਾਂ ਜਿਵੇਂ ਵੱਡੇ ਸਾਈਜ਼ਾਂ ਦੇ ਅੰਦਰ ਅੱਜ ਕੱਲ ਮਿਸ਼ਲਨ ਆ ਰਿਹਾ ਹੈਗਾ ਤੇ ਕਈਆਂ ਨੂੰ ਵਹਿਮ ਹੈ ਲੋਕ ਗਲਤ ਗਾਈਡ ਕਰਦੇ ਆ ਮਿਸ਼ਲਨ ਦਾ ਟਾਇਰ ਬੰਦ ਹੋ ਗਿਆ ਟਾਇਰ ਨਹੀਂ ਬੰਦ ਹੋਇਆ ਜਿਵੇਂ 17 ਨੰਬਰ ਤੋਂ ਪਰ ਮਿਸ਼ਲਨ ਜੋ ਮਰਜ਼ੀ ਲਓ ਬਈ ਕੰਪਨੀ ਤੋਂ ਬਿਲ ਹੋ ਕੇ ਆਉਂਦਾਗਾ ਸਹੀ ਟਾਇਰ ਆਉਂਦਾਗਾ ਫਿਰ ਬਈ ਪਰੇਲੀ ਬ੍ਰਾਂਡ ਆ ਇੱਕ ਜਿਹੜੇ ਵਧੀਆ ਬ੍ਰਾਂਡਸ ਆ ਕੰਟੀਨੈਂਟਲ ਹੋ ਗਿਆ ਵੀਰੇ ਜਾਂ ਆਪਣਾ ਮੰਨ ਕੇ ਚੱਲੋ ਬ੍ਰਿਡਸਟੀਨ ਹੋ ਗਿਆ ਵੀਰੇ ਮਤਲਬ ਸਾਰੇ ਬ੍ਰਾਂਡਸ ਤਕਰੀਬਨ ਮੇਰੇ ਕੋਲ ਅਵੇਲੇਬਲ ਹੀ ਹੁੰਦੇ ਨੇ ਤੇ ਆਫ ਰੋਡਿੰਗ ਹਾਂਜੀ ਆਫ ਰੋਡਿੰਗ ਦੇ ਅੰਦਰ ਬਈ ਜਿਵੇਂ ਮੈਕਸਸ ਹੋ ਗਿਆ ਰੋਡ ਕਰੂਜ਼ਾ ਹੋ ਗਿਆ ਅੱਜ ਕੱਲ ਤੁਸੀਂ ਦੇਖਿਆ ਹੋਣਾ ਥਾਰ ਦਾ ਬੜਾ ਕ੍ਰੇਜ਼ ਚੱਲ ਰਿਹਾ ਬਈ ਹੈਨਾ ਉਹਨਾਂ ਦੇ ਜਿਵੇਂ ਆਹ ਚੀਜ਼ਾਂ ਪੈਂਦੀਆਂ ਨੇ ਆ ਟਾਇਰ ਪੈਂਦੇ ਨੇ ਹਾਂ ਇਹਨਾਂ ਨੂੰ ਆਪਾਂ AT ਟਾਇਰ ਕਹਿੰਦੇ ਨੇ ਆਲ ਟ੍ਰੇਨ ਟਾਇਰ ਆ ਗਏ ਫਿਰ ਇਹਦੇ ਅੰਦਰ ਵੀ ਆਪਸ਼ਨ ਆਉਂਦੀ ਹੈ ਮਟ ਟ੍ਰੇਨ ਟਾਇਰਾਂ ਦੀ MT ਟਾਇਰ ਆ ਚੀਜ਼ ਆ ਜਾਂਦੀ ਹੈ ਜੀ ਜਿਵੇਂ ਕਿਸੇ ਨੂੰ ਇਹਦੇ ਨਾਲ ਵੀ ਐਂ ਗੱਡੀ ਦਾ ਖੜਾਵਾ ਸੋਹਣਾ ਬਣਦਾ ਹੈਗਾ ਆਹ ਟਾਇਰ ਨਾਲ ਨਾ ਇਹ ਪਰ ਐਂ ਵੀ ਰੋਡ ਦੇ ਉੱਪਰ ਆਵਾਜ਼ ਬਹੁਤ ਕਰਦਾ ਟਾਇਰ ਪਰ ਐਂ ਵੀ ਲੁੱਕ ਕਰਨੀ ਉਹ ਹਾਂਜੀ ਨੇ ਜਿਹਨੇ ਐਲਤੀ ਕਰਨੀ ਆ ਗੇੜਾ ਗੂੜਾ ਦੇਣਾ ਇਹ ਉਹ ਆ ਕੇਸ ਜਾਂ ਆਫ ਰੋਡਿੰਗ ਕਰਨੀ ਉਹ ਤਾਂ ਹੈ ਹੀ ਬਈ ਜਿਹਨੇ ਜਿਹਨੇ ਬਈ ਐਂ ਮੰਨ ਕੇ ਚੱਲੋ ਵੀ ਜਿਹਨੇ ਜਿਹਨੂੰ ਸ਼ੌਂਕ ਆ ਜਿਹਨੇ ਗੱਡੀ
ਮਤਲਬ ਵੀ ਸ਼ੌਂਕ ਵਾਸਤੇ ਲਈ ਹੈ ਉਹ ਇਹ ਚੀਜ਼ ਪਵਾ ਸਕਦਾ ਜੇ ਡੇਲੀ ਰੂਟੀਨ 'ਚ ਪਾਉਣਾ ਬਈ ਫਿਰ ਇਹ ਟਾਇਰ ਨਾ ਆਵਾਜ਼ ਕਰਦਾ ਥੋੜ੍ਹਾ ਹਾਰਡ ਹੁੰਦਾ ਸਟੀਅਰਿੰਗ ਹਾਰਡ ਹੋ ਜਾਂਦਾ ਇਹਨਾਂ ਚੀਜ਼ਾਂ ਨਾਲ ਮਤਲਬ ਵੀ ਉਹਦੇ ਵਾਸਤੇ ਆਹ ਬੈਟਰ ਹੈ ਵੀ ਲੁੱਕ ਵੀ ਨਾਲ ਹੈ ਅਤੇ ਚੱਲਦੀ ਵੀ ਠੀਕ ਹੈ ਗੱਡੀ ਆਹ ਤਾਂ ਬਦਮਾਸ਼ ਲੁੱਕ ਵਾਲਾ ਟੌਰੀ ਲੁੱਕ ਵਾਲਾ ਬਦਮਾਸ਼ ਲੁੱਕ ਵਾਲਾ ਹੁੰਦੀ ਆ ਹੈ ਨਾ ਅਤੇ ਨਹੀਂ ਠੀਕ ਆ ਮੈਂ ਇਹ ਗੱਲ ਮੈਂ ਸਮਝਦਾ ਮੈਂ ਜ਼ਿਆਦਾ ਗੱਡੀ ਚਲਾਉਂਦਾ ਮੈਨੂੰ ਇਹ ਚੀਜ਼ ਜ਼ਿਆਦਾ ਸਮਝ ਆਉਂਦੀ ਆ ਅਤੇ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਫਿਰ ਪੁਰਾਣੇ ਲੈ ਲੈਂਦੇ ਆ ਟਾਇਰ ਹਾਂਜੀ ਹਾਂ ਬਈ ਪੁਰਾਣੇ ਪੁਰਾਣੇ ਲੈਣੇ ਜਿਵੇਂ ਤੁਸੀਂ ਕੋਈ ਨਵੀਂ ਗੱਡੀ ਪਰਚੇਸ ਕਰਦੇ ਹੋ ਉਹਦੇ ਟਾਇਰ ਚੇਂਜ ਕਰਾਉਣੇ ਨੇ ਫਿਰ ਉਹਦੇ ਪੁਰਾਣੇ ਅਸੀਂ ਰੱਖ ਲੈਂਦੇ ਹਾਂ ਬਈ ਉਹਦਾ ਜੋ ਵੀ ਬੈਸਟ ਪ੍ਰਾਈਜ਼ ਹੁੰਦਾ ਗਾ ਹੈ ਨਾ ਉਹ ਪ੍ਰਾਈਜ਼ ਅਗਲੇ ਨੂੰ ਦਿੰਦੇ ਹਾਂ ਜਿਵੇਂ ਹੁਣ ਸਕਾਰਪੀਓ ਦਾ ਸੈੱਟ ਅੱਜ ਕੱਲ੍ਹ ਬਹੁਤ ਲੈਂਦਾ ਬਈ ਬਹੁਤ ਜ਼ਿਆਦਾ ਕੱਲ੍ਹ ਵੀ ਮੈਂ 4 ਸੈੱਟ ਲਾਏ ਨੇ ਹੈ ਨਾ ਜਿਵੇਂ ਆਹ ਸੈੱਟ ਹੈ ਇਹ ਮਤਲਬ ਵੀ ਅਸੀਂ ਪਰਚੇਜ਼ ਕਰ ਲੈਂਦੇ ਹਾਂ ਕਸਟਮਰ ਤੋਂ ਵਾਪਸ ਲੈ ਲੈਂਦੇ ਹਾਂ ਅਤੇ ਉਹਨਾਂ ਨੂੰ ਨਵਾਂ ਦੇ ਦਿੰਦੇ ਹਾਂ ਜੀ ਵਧੀਆ ਡੀਲ ਦਿੰਦੇ ਹਾਂ ਕਸਟਮਰ ਖੁਸ਼ ਕਰਕੇ ਤੋਰਾਂਗੇ ਗਰੰਟੀ ਸਾਡੀ ਅਤੇ ਜੇ ਕਿਸੇ ਨੇ ਪੁਰਾਣਾ ਲੈਣਾ ਅਵੇਲੇਬਲ ਨੇ ਬਈ ਪੁਰਾਣੇ ਦਾ ਸਟਾਕ ਵੀ ਦਿਖਾਉਣਾ ਬਾਅਦ ਤੁਹਾਨੂੰ ਮਤਲਬ ਹਰ ਤਰ੍ਹਾਂ ਦਾ ਤਕਰੀਬਨ ਹਰ ਤਰ੍ਹਾਂ ਦਾ ਟਾਇਰ ਪੁਰਾਣੇ 'ਚ ਅਵੇਲੇਬਲ ਆ ਹਰ ਪਰਸੈਂਟੇਜ ਦਾ ਕਈ ਵਾਰੀ ਕੀ ਹੁੰਦਾ ਬਈ ਜਿਵੇਂ ਕਿਸੇ ਦਾ ਇੱਕ ਟਾਇਰ ਫਟ ਗਿਆ ਅੱਧਾ ਕੁ ਚੱਲਿਆ ਹੋਇਆ ਅਗਲਾ ਕਹਿੰਦਾ ਯਾਰ ਵੀ ਮੈਨੂੰ ਇੰਨਾ ਕੁ ਟਾਇਰ ਮਿਲ ਜੇ ਵੀ ਮੈਨੂੰ ਚਾਰੇ ਪੈਸਾ ਨਾ ਲਾਉਣਾ ਪਵੇ ਆਪਣੇ ਕੋਲ ਅਵੇਲੇਬਲ ਹੁੰਦਾ ਹੈਗਾ ਪੁਰਾਣੇ ਅਲੋਏ ਅਵੇਲੇਬਲ ਹੁੰਦੇ ਨੇ ਜਿਵੇਂ ਜਿਵੇਂ ਆਹ ਸਕਾਰਪੀਓ ਦੇ ਅਲੋਏ ਲੈਣੇ ਕਿਸੇ ਨੇ ਫੋਰਚੂਨਰ ਦੇ ਲੈਣੇ ਨੇ ਸਵਿਫਟ ਦੇ ਲੈਣੇ ਨੇ ਓਰੀਜਨਲ ਅਲੋਏ ਮਤਲਬ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਹੁੰਦੀ ਹੈ ਤਕਰੀਬਨ ਮਾਨਸੀ ਭਾਈ ਇਹ ਕਿਹੜੀ ਗੱਡੀ ਦੇ ਆਹ ਇਹ ਬਈ ਥਾਰ ਦੇ ਨੇ ਜੀ ਅੱਜ ਕੱਲ੍ਹ ਬੜਾ ਰਿਵਾਜ ਹੈ ਬਈ ਥਾਰਾਂ ਦਾ ਹੈ ਨਾ ਸਕਾਰਪੀਓ ਦਾ ਇਹ ਬਈ 24 ਇੰਚ ਨੇ ਦੋਨੋਂ ਸੈੱਟ ਇਹ ਥਾਰ ਦੇ ਫਿੱਟ ਹੋ ਜਾਂਦਾ ਕੰਫਰਟੇਬਲੀ ਬਈ ਕੋਈ ਦਿੱਕਤ ਨਹੀਂ ਆਉਂਦੀ ਜੇ ਇਹ ਸਕਾਰਪੀਓ ਦੇ ਫਿੱਟ ਕਰਨਾ ਸਕਾਰਪੀਓ ਦੇ ਫਿੱਟ ਹੋ ਜਾਂਦਾ ਪਰ ਉਹਦੇ ਲਈ ਆਪਾਂ ਨੂੰ ਮਾੜਾ ਮੋਟਾ ਸਸਪੈਂਸ਼ਨ ਦੀ ਅਲਟਰੇਸ਼ਨ ਕਰਾਉਣੀ ਪੈਂਦੀ ਹੈਗੀ ਉਹ ਅਸੀਂ ਕਰਾ ਦਿੰਦੇ ਹਾਂ ਮਾੜੀ ਮੋਟੀ ਉੱਚੀ ਚੁਕਾਉਣੀ ਪੈਂਦੀ ਆ ਮਾੜੀ ਮੋਟੀ ਕਟਿੰਗ ਕਰਨੀ ਪੈਂਦੀ ਆ ਅਸੀਂ ਕਰ ਦਿੰਦੇ ਹਾਂ ਮਤਲਬ ਵੀ ਜੇ ਕਿਸੇ ਨੇ ਫਿੱਟ ਕਰਾਉਣਾ ਤਾਂ ਅਸੀਂ ਕਰ ਦਿੰਦੇ ਹਾਂ ਮੈਂ ਉਹਨੇ ਰੀਸੈਂਟਲੀ ਇੱਕ ਗੱਡੀ ਲੁਧਿਆਣੇ ਫਿੱਟ ਲੁਧਿਆਣੇ ਦੀ ਗੱਡੀ ਫਿੱਟ ਕਰੀ ਹੈ 24 ਇੰਚ ਦੇ ਲਾਏ ਪਏ ਨੇ ਬੜੀ ਜੱਜਦੀ ਆ ਬਈ ਸਕਾਰਪੀਓ ਪਰ ਕੰਫਰਟ ਜ਼ਰੂਰ ਘੱਟ ਜਾਂਦਾ ਸੋਹਣੀ ਕਰਨੀ ਉਹ ਤਾਂ ਬਹੁਤ ਸੋਹਣੀ ਲੱਗਦੀ ਆ ਬਟ ਕੰਫਰਟ ਘੱਟ ਜਾਂਦਾ ਥੋੜ੍ਹਾ ਜਿਹਾ ਹਾਂ ਵੀ ਵੀ ਮੈਨੂੰ ਸਾਰਿਆਂ ਨੂੰ ਵਧੀਆ ਗੱਲ ਤੁਹਾਡੀ ਇਹੀ ਲੱਗ ਰਹੀ ਹੈ ਵੀ ਤੁਸੀਂ ਜਿਹੜੀ ਗੱਲ ਹੋਣੀ ਹੁੰਦੀ ਆ ਉਹ ਕਹਿ ਦਿੰਦੇ ਆ ਪਤਾ ਕੀ ਹੈ ਬਈ ਜੇ ਕੰਮ ਵਧਾਉਣਾ ਗਾ ਹੈ ਨਾ ਤਾਂ ਕਸਟਮਰ ਦਾ ਕੌਨਫੀਡੈਂਸ ਲੈਣਾ ਬਹੁਤ ਜ਼ਰੂਰੀ ਹੈ ਤਾਂ ਹੀ ਕੰਮ ਵਧਿਆ ਅੱਜ ਕੁਛ ਕਹਿ ਕੇ ਪਾ ਦਿਆਂ ਮੁੜ ਕੇ ਅਗਲੇ ਨੂੰ ਉਹ ਚੀਜ਼ ਨਾ ਪੂਰੀ ਹੋਵੇ ਕਿਉਂਕਿ ਟਾਇਰ ਇੱਕ ਇਹੋ ਜਿਹੀ ਚੀਜ਼ ਹੈ ਬਈ ਇਹ ਬੰਦੇ ਕੋਲ 4-5 ਸਾਲ ਚੱਲਦਾ ਗੱਡੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਬੰਦੇ ਦੇ ਦਿਲ ਨੂੰ ਬਹੁਤ ਨੇੜੇ ਹੁੰਦੀ ਹੈ ਅੱਜ ਕੱਲ੍ਹ ਗੱਡੀਆਂ ਦਾ ਬਹੁਤ ਸ਼ੌਂਕ ਹੁੰਦਾ ਆਪਾਂ ਫਿਰ ਗਲਤ ਗਾਈਡ ਕਰੀਏ ਨਾ ਬੰਦੇ ਦਾ ਦਿਲ ਦੁਖੇ ਉਹਦਾ ਬਈ ਕੋਈ ਫਾਇਦਾ ਨਹੀਂ ਉਹਦਾ ਕਹਿੰਦੇ ਕੰਮ ਕਾਰ ਵਾਲੇ ਮਰਦ ਦੀ ਜ਼ਿੰਦਗੀ ਦਾ ਚੌਥਾ ਹਿੱਸਾ ਗੱਡੀ 'ਚ ਲੰਘ ਜਾਂਦਾ ਪੱਕੀ ਗੱਲ ਬਈ ਬਈ ਮੈਂ ਇਹ ਚੀਜ਼ ਦੇਖੀ ਆ ਲਾਈਨ 'ਚ ਆਉਣ ਤੋਂ ਬਾਅਦ ਵੀ ਲੋਕਾਂ ਨੂੰ ਗੱਡੀਆਂ ਇੰਨੀਆਂ ਕੁ ਦਿਲ ਦੇ ਨੇੜੇ ਨੇ ਨਾ ਜਿਵੇਂ ਤੁਸੀਂ ਤਾਂ ਹੁਣ ਬਈ ਸਾਰਾ ਦਿਨ ਘੋੜਿਆਂ 'ਚ ਰਹਿੰਦੇ ਜਿਵੇਂ ਘੋੜੇ ਨੇੜੇ ਨੇ ਗੱਡੀਆਂ ਲੋਕਾਂ ਨੂੰ ਘੋੜਿਆਂ ਵਰਗੀਆਂ ਹੀ ਨੇ ਇੰਨੀਆਂ ਨੇੜੇ ਨੇ ਵੀ ਅਗਲਾ ਕਹਿੰਦਾ ਵੀ ਜੇ ਉਹ 'ਚ ਹੁਣ ਦਿੱਕਤ ਆ ਗਈ ਆਪਾਂ ਗਲਤ ਗਾਈਡ ਕਰਤਾ ਫਿਰ ਨਾ ਅਗਲੇ ਦਿਲ ਨੂੰ ਠੇਸ ਲੱਗ ਜਾਵੇ ਉਹ ਤਾਂ ਕਰਕੇ ਮੈਨੂੰ ਹੁੰਦਾ ਯਾਰ ਸਹੀ ਦੱਸੋ ਆ ਹੁਣ ਤੁਹਾਡੇ ਸਾਹਮਣੇ ਗੱਡੀ ਥਾਰ ਫਿੱਟ ਕਰੀ ਉਹਨੂੰ ਪਹਿਲਾਂ 24 ਇੰਚ ਆਪਾਂ ਦੱਸ ਕੇ ਪਾਏ ਵੀਰੇ ਵੀ ਕੰਫਰਟ ਘਟੂਗਾ ਪਰ ਅਗਲੇ ਨੂੰ ਹੁੰਦਾ ਵੀ ਬਾਈ ਮੈਨੂੰ ਸੋਹਣੀ ਲੱਗਣੀ ਚਾਹੀਦੀ ਆ ਵੀ ਕੰਫਰਟ ਦਾ ਕੋਈ ਦਿੱਕਤ ਨਹੀਂ ਹੈ ਉਹ ਵੀ ਦਿਖਾਉਣੇ ਆਪਾਂ ਕਸਟਮਰਸ ਨੂੰ ਉਹਨੇ ਰੀਲਾਂ ਪਾਉਣੀਆਂ ਹੁੰਦੀਆਂ ਮੁੰਡੇ ਨੇ ਨਵੀਂ ਉਮਰ ਆ ਵੀ ਚੰਡੀਗੜ੍ਹ ਪੜ੍ਹਦੇ ਨੇ ਆਹ ਸੋਹਣਾ ਵਾਲਾ ਆਹ ਸੋਹਣਾ ਵਾਲਾ ਅੰਸ਼ ਜੀ ਮੈਨੂੰ ਆਹ ਸੋਹਣਾ ਬਹੁਤ ਲੱਗਿਆ ਹਾਂਜੀ ਬਾਈ ਇਹ ਲਾਏ ਡਿਫਰੈਂਟ ਆ ਥੋੜ੍ਹਾ ਜਿਹਾ ਹਾਂਜੀ ਹਾਂ ਇਹ ਪਾਇਆ ਹੋਇਆ ਬਹੁਤ ਜੱਜਦਾ ਆਪਣੇ ਟ੍ਰੈਂਡ ਪਰ ਇਹਦਾ ਵੱਧਦਾ ਬਈ ਇਹ ਅਸਲ ਲਾ ਕੇ ਦੇਖਣ 'ਚ ਐਂ ਲੱਗਦਾ ਵੀ ਬਹੁਤ ਵੱਡਾ ਅਲੋਏ ਪਾ ਇਹਦੀ ਨਾ ਥੋੜ੍ਹੀ ਲੁੱਕ ਡਿਫਰੈਂਟ ਆ ਦੇਖੋ ਰਾਇਲ ਜੀ ਲੁੱਕ ਆ ਬਈ ਇਹਦੀ ਅਲੋਏ ਦੀ ਇਹਦੀ ਲੁੱਕ ਵਾਲੀ ਜ਼ਿਆਦਾ ਉਹ ਥੋੜ੍ਹਾ ਜਿਹਾ ਅੰਦਰ ਨੂੰ ਜਾਂਦਾ ਹਾਂਜੀ ਹਾਂਜੀ ਹੈ ਨਾ ਇੱਥੋਂ ਥੋੜ੍ਹਾ ਰਾਇਲ ਜੀ ਲੁੱਕ ਆ ਬਈ ਇਹਦੀ ਹਾਂ ਇਹਦੀ ਲੁੱਕ ਵਾਲੀ ਸੋਹਣੀ ਆ ਮਤਲਬ ਜਦੋਂ ਸਾਈਡ ਤੋਂ ਖੜੀ ਹੋਊਗੀ ਗੱਡੀ ਤਾਂ ਉਹ ਜੱਜਦਾ ਬਈ ਦੱਸਦਾ ਹੈ ਨਾ ਤੇ ਆਹ ਕਿਹੜੀ ਦਾ ਇਹ ਬਈ ਥਾਰ ਦੇ ਵੱਧ ਪੈਂਦਾ ਕਿਉਂਕਿ ਇਹ ਚੌੜਾ ਵੱਧ ਹੈ ਵੀਰੇ ਸਕਾਰਪੀਓ ਦੇ ਪੈ ਜਾਂਦਾ ਪਰ ਬਾਹਰ ਬਹੁਤ ਆ ਜਾਂਦਾ ਹੈ ਸਕਾਰਪੀਓ ਜੱਜਦਾ ਵੀ ਘੱਟ ਆ ਥਾਰ ਦੇ ਪੈਂਦਾ ਬਈ ਇਹਦੇ ਅੰਦਰ ਟਾਇਰ ਜੱਜਦਾ ਆਫ ਰੋਡਿੰਗ ਵਾਲਾ ਜਿਵੇਂ ਆ ਮੱਡ ਟਰੇਨ ਹੋ ਗਿਆ ਜਾਂ 80 ਟਾਇਰ ਜੱਜਦਾ ਇਹ ਅੱਜ ਕੱਲ੍ਹ ਬਈ ਲੇਟੈਸਟ ਡਿਜ਼ਾਈਨ ਨੇ ਹੈ ਨਾ ਇਹ ਅੱਜ ਕੱਲ੍ਹ ਬੜੇ ਟ੍ਰੈਂਡ 'ਚ ਨੇ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਇਹ ਥਾਰ ਦੇ ਤੇ ਜੇ ਕਿਸੇ ਨੇ ਮਤਲਬ ਫਿਟਿੰਗ ਕਰਾਉਣੀ ਆ ਤਾਂ ਮਾੜੀ ਮੋਟੀ ਜੇ ਕੋਈ ਸਸਪੈਂਸ਼ਨ ਦੇ ਵਿੱਚ ਫੇਰ ਬਦਲ ਕਰਨੀ ਉਹ ਕਰਕੇ ਦਿੰਦੇ ਬਈ ਉਹ ਫਿਰ ਉਹ ਵੀ ਅਸੀਂ ਕਰਕੇ ਦਿੰਦੇ ਹਾਂ ਕਿ ਸਾਨੂੰ ਹੀ ਕਰਨੀ ਪਊ ਬਈ ਤੁਹਾਡੇ ਕੋਲ ਮਾਰ ਬੰਦੇ ਹੈ ਹਾਂਜੀ ਸਾਡੇ ਕੋਲ ਹੈਗਾ ਸਿਸਟਮ ਸਾਰਾ ਅਸੀਂ ਕਰਕੇ ਦਿੰਦੇ ਆ ਤੇ ਦੂਜਾ ਇੱਕ ਲੇਬਰ ਬਹੁਤ ਹੈਗੀ ਹੈ ਜੇ ਮੰਨ ਲਓ ਵੀ ਕਿਸੇ ਬੰਦੇ ਨੂੰ ਆਹ ਫਿੱਟ ਕਰਾ ਲਏ ਨਹੀਂ ਪਸੰਦ ਆਏ ਹੋਰ ਲਾਤੇ ਹੋ ਇਹ ਬਈ ਤਾਂ ਹੀ ਫਿੱਟ ਕਰਕੇ ਰੱਖੇ ਹੋਏ ਨੇ ਜਿਵੇਂ ਜਿਵੇਂ ਕਸਟਮਰ ਆਉਂਦਾਗਾ ਜਿਵੇਂ ਕਿਸੇ ਨੇ ਪਾ ਕੇ ਦੇਖਣੇ ਆ ਹੈ ਨਾ ਕਿਉਂਕਿ ਦੇਖੋ ਵੀਰੇ ਪੈਸਾ ਲਾਉਣਾਗਾ ਹਰੇਕ ਨੂੰ ਆਇਆ ਹੁੰਦਾ ਵੀ ਮੈਂ ਪੈਸਾ ਸੋਚ ਸਮਝ ਕੇ ਲਾਵਾਂ ਸਹੀ ਚੀਜ਼ 'ਤੇ ਲਾਵਾਂ ਤਾਂ ਜਿੰਨੇ ਮਰਜ਼ੀ ਅਗਲਾ ਫਿੱਟ ਕਰਾ ਕੇ ਦੇਖੇ ਜੋ ਜਿੱਥੇ ਸੈਟਿਸਫੈਕਸ਼ਨ ਹੁੰਦੀ ਉੱਥੇ ਪਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਸ ਚੀਜ਼ ਤਾਂ ਹੀ ਮੁੰਡੇ ਵੱਧ ਰੱਖੇ ਹੋਏ ਨੇ ਤਸੱਲੀ ਬਹੁਤ ਜ਼ਰੂਰੀ ਹੈ ਬਈ ਹਾਂ ਵੀ ਇੱਕ ਬੰਦਾ ਜੇ 4 ਵਾਰੀ ਵੀ ਟਾਇਰ
ਤਾਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ, ਸੈਟੀਸਫੈਕਸ਼ਨ ਜ਼ਰੂਰੀ ਹੈ ਵੀਰੇ। ਐਂ ਨਹੀਂ ਹੈਗਾ ਵੀ ਗੱਡੀ ਖੋਲ ਲਈ ਤਾਂ ਬਾਅਦ 'ਚ ਕਹਾਂਗੇ ਬਾਈ ਗੱਡੀ ਖੋਲ ਲਈ, ਹੁਣ ਤਾਂ ਪਾਉਣੇ ਪੈਣਗੇ ਇਹੋ ਜਿਹਾ ਕੁਛ ਨਹੀਂ। ਪਵਾਓ, ਰੇਟ ਤੁਹਾਨੂੰ ਪਸੰਦ ਆਉਂਦਾ, ਚੀਜ਼ ਪਸੰਦ ਆਉਂਦੀ ਹੈ ਫਿਰ ਪਵਾਓ, ਨਹੀਂ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਜੇ ਮੰਨ ਲਓ ਬਾਈ ਚਾਂਸ ਟਾਇਰ ਦੇ ਵਿੱਚ ਕੰਪਲੇਂਟ ਆਉਂਦੀ ਆ, ਉਹਦਾ ਨਿਪਟਾਰਾ ਕਿੰਨੇ ਕੁ ਟਾਈਮ ਦੇ ਵਿੱਚ ਕਰ ਰਹੇ? ਬਾਈ ਐਂ ਹੁੰਦਾ ਗਾ, ਦੇਖੋ ਡਿਪੈਂਡ ਕਰਦਾ ਕਿਹੜੀ ਕੰਪਨੀ ਦਾ ਟਾਇਰ ਪਾਇਆ, ਕੀ ਅਸੀਂ ਕਮਿਟਮੈਂਟ ਕਰੀ ਹੈ। ਤਕਰੀਬਨ ਬਾਈ ਜਿਹੜੇ ਕੰਪਨੀਆਂ ਨੇ ਤਕਰੀਬਨ ਮੈਕਸੀਮਮ ਤੁਸੀਂ ਮੰਨ ਕੇ ਚੱਲੋ ਇੱਕ ਦੋ ਦਿਨ ਦੇ ਵਿੱਚ ਵਿੱਚ ਅਸੀਂ ਕਸਟਮਰ ਦਾ ਹੱਲ ਕਰ ਦਿੰਦੇ ਹੈਗੇ, ਹੈ ਨਾ। ਮੌਕੇ 'ਤੇ ਸਾਡੀ ਕੋਸ਼ਿਸ਼ ਹੁੰਦੀ ਹੈ, ਕਈ ਵਾਰੀ ਬਾਈ ਅਵੇਲੇਬਿਲਟੀ ਦਾ ਵੀ ਇਸ਼ੂ ਆ ਜਾਂਦਾ, ਬਾਈ ਚਾਂਸ ਸਾਡੇ ਕੋਲ ਉਹ ਚੀਜ਼ ਅਵੇਲੇਬਲ ਨਹੀਂ ਹੈਗੀ, ਹੈ ਨਾ, ਤਾਂ ਉਹਦਾ ਦਿੱਕਤ ਆ ਜਾਂਦੀ। ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਅੱਧੇ ਦਿਨ ਦੇ ਅੰਦਰ ਜਾਂ ਦੋ ਦਿਨ ਦੇ ਅੰਦਰ ਕਸਟਮਰ ਨੂੰ ਸੈਟਿਸਫਾਈ ਕਰਕੇ ਟਾਇਰ ਦੇ ਕੇ ਤੋੜ ਦਿੰਦਾ। ਬਾਕੀ ਬਾਈ ਜਿਹੜੀ ਕਮਿਟਮੈਂਟ ਆ, ਹੈ ਨਾ, ਜਿਵੇਂ ਹੁਣ ਸਪੋਜ਼ ਵੀਰੇ ਇਹਨਾਂ ਟਾਇਰਾਂ ਦੀ ਗਰੰਟੀ ਨਹੀਂ ਆਉਂਦੀ, ਅਸੀਂ ਲਿਖ ਕੇ ਦਿੰਦੇ ਹਾਂ ਅਗਲੇ ਨੂੰ ਵੀ ਬਾਈ ਇਹਦੀ ਗਰੰਟੀ ਨਹੀਂ ਆਉਂਦੀ, ਤਾਂ ਮਤਲਬ ਜਿਹਦੀ ਆਉਂਦੀ ਆ ਉਹ ਵੀ ਰਿਟਰਨ 'ਚ ਦਿੰਦੇ ਹਾਂ। ਹੁਣ ਪਿੱਛੇ ਜੇ ਬਾਈ ਇੱਕ ਕਸਟਮਰ ਦਾ ਟਾਇਰ ਫੜ ਕੇ ਗੰਗਾਨਗਰ ਤੋਂ ਪਵਾ ਕੇ ਗਏ ਸੀ, ਉਹਨਾਂ ਨੂੰ ਟਾਇਰ ਉਹ ਬੁੱਕ ਕਰਾਤਾ, ਉਹਨਾਂ ਨੂੰ ਟਾਇਰ ਮਿਲ ਗਿਆ, ਉਹਨਾਂ ਨੇ ਪੁਰਾਣਾ ਮੈਨੂੰ ਦਿੱਤਾ, ਉਹ ਸੈਟਿਸਫਾਈ ਹੋ ਗਏ, ਹੁਣ ਮਤਲਬ ਅਗਲਾ ਕਸਟਮਰ ਟੁੱਟਦਾ ਨਹੀਂ ਨਾ ਬਾਈ, ਫਿਰ ਮੁੜ ਕੇ ਅਗਲੀ ਵਾਰ ਲੋਡ ਪਊ ਮੇਰੇ ਕੋਲ ਹੀ ਆਊ। ਸਾਡੀ ਇਹ ਸੋਚ ਆ ਵੀ ਲੋਡ ਵੇਲੇ ਅਗਲੇ ਦਾ ਸਾਥ ਦਿਓ, ਅਗਲਾ ਕਹਿੰਦੇ ਨਹੀਂ ਟੁੱਟਦਾ ਜੀ। ਨਹੀਂ ਨਹੀਂ ਇਹ ਇਹ ਗੱਲ ਮੈਂ ਵੰਸ਼ ਜੀ ਮੈਂ ਤੈਨੂੰ ਆਪਦੀ ਨਿੱਜੀ ਦੱਸ ਦਿੰਦਾ ਕਿ ਮੈਂ ਮੇਰੇ ਵੀ ਤੁਸੀਂ ਗਾਹਕ ਆ, ਹੈ ਨਾ। ਹਾਂਜੀ। ਤਾਂ ਮੈਂ ਮੇਰੇ ਕੰਮ ਤੋਂ ਗਾਹਕ ਸੰਤੁਸ਼ਟ ਨਹੀਂ ਹੋਇਆ, ਮੰਨ ਲਓ ਤੁਸੀਂ ਮੇਰੇ ਕੰਮ ਤੋਂ ਸੰਤੁਸ਼ਟ ਨਹੀਂ ਗਏ, ਤੁਸੀਂ ਮੈਨੂੰ ਬਾਅਦ 'ਚ ਕਹਿਤਾ ਵੀ ਸੁਰਿੰਦਰ ਯਾਰ ਮੈਨੂੰ ਫਿੱਟ ਨਹੀਂ ਆਇਆ ਕੰਮ, ਤਾਂ ਮੈਂ ਤੁਹਾਡੇ ਕੋਲ ਮੇਰਾ ਤੁਹਾਡੇ ਲਈ ਔਫਰ ਪਤਾ ਕੀ ਰਹੂਗਾ, ਮੈਂ ਤੁਹਾਨੂੰ ਉਹੀ ਕਹੂੰਗਾ, ਵੰਸ਼ ਦੁਬਾਰਾ ਕਰਕੇ ਜਾਵਾਂ ਜਾਂ ਪੈਸੇ ਵਾਪਸ ਕਰਾਂ। ਭਾਈ ਫਿਰ ਹੀ ਤਾਂ ਫਿਰ ਕੀ ਆ ਕਿ ਗਾਹਕ ਨੂੰ ਐਂ ਲੱਗਦਾ ਵੀ ਚਲੋ ਕੋਈ ਨਾ ਕੰਮ ਮਾੜਾ ਕਰਤਾ, ਕੋਈ ਗੱਲ ਨਹੀਂ, ਹੋ ਗਿਆ ਪਰ ਬੰਦਾ ਨਹੀਂ ਮਾੜਾ ਬਿਲਕੁਲ ਜੀ, ਹੈ ਨਾ। ਵੀ ਕੰਮ ਮਾੜਾ ਉਹਦੇ ਵਿੱਚ ਹੁਣ ਟਾਇਰ ਦੇ ਵਿੱਚ ਤਾਂ ਬੰਸ਼ ਜੀ ਵੜਿਆ ਨਹੀਂ, ਨਹੀਂ ਵੜਿਆ ਜੀ, ਨਹੀਂ ਵੜਿਆ। ਕਈ ਵਾਰੀ ਹੋ ਜਾਂਦਾ ਬਈ, ਸਾਡੇ ਤੋਂ ਵੀ ਹੋ ਜਾਂਦਾ, ਇਹ 'ਚ ਕੀ ਗੱਲ ਆ। ਪਰ ਸਾਡੀ ਮਤਲਬ ਵੀ ਮੇਰੇ ਮੁੰਡੇ ਵੀ ਜਿੰਨੇ ਮੇਰੇ ਸੇਲਜ਼ਮੈਨ ਨੇ ਮੇਰਾ ਕਿਹਾ ਹੋਇਆ ਵੀ ਜੇ ਕੋਈ ਸੈਟਿਸਫਾਈ ਨਹੀਂ ਹੈਗਾ ਤੁਹਾਨੂੰ ਸੈਟਿਸਫਾਈ ਕਰੋ, ਕੋਈ ਗੱਲ ਨਹੀਂ, ਜੇ ਆਪਣੇ ਕੋਈ ਪੈਸੇ ਘੱਟ ਦਿੰਦੇ, ਕੋਈ ਨੁਕਸਾਨ ਹੁੰਦਾ ਵੀ ਉਹ ਅਲੱਗ ਚੀਜ਼ ਹੈ, ਹੈ ਨਾ। ਪਰ ਅਗਲੇ ਨੂੰ ਸੈਟਿਸਫਾਈ ਕਰੋ, ਹੁਣ ਆਪਾਂ ਕਹਿ ਦਿਆਂਗੇ ਅੱਜ ਦਾ ਦਿਨ ਨਹੀਂ ਕਮਾਏ ਸੀ, ਹਾਂ ਨਹੀਂ ਬਈ ਫਿਰ ਪਤਾ ਕੀ ਗੱਲ ਆ ਜੀ, ਮੇਰੇ ਦਿਮਾਗ 'ਚ ਸਭ ਤੋਂ ਵੱਡੀ ਗੱਲ ਮੈਂ ਦੁਬਾਰੇ ਕਰਦਾ, ਤੁਸੀਂ ਅੱਜ ਪੈਸੇ ਲਾਉਣੇ ਆ ਬਈ, ਪੈਸਾ ਹਰ ਬੰਦਾ ਬਹੁਤ ਔਖੇ ਕਮਾਉਂਦਾ, ਬਹੁਤ ਔਖਾ, ਤੁਹਾਡਾ ਪੈਸੇ ਲਾ ਕੇ ਵੀ ਨਾ ਮਨ ਖੁਸ਼ ਹੋਇਆ, ਫਿਰ ਬਈ ਸਾਡੇ ਕੰਮ ਕਰਾਉਂਦਾ, ਫਿਰ ਸਾਨੂੰ ਫਲਦੇ ਨਹੀਂ ਪੈਸੇ ਉਹ। ਜੇ ਸਹੀ ਗੱਲ ਆ, ਤੁਸੀਂ ਕਿਸੇ ਨੂੰ ਗਲਤ ਕਰਕੇ ਪੈਸੇ ਕਮਾ ਲਏ, ਜੀਵ ਜੀਵ ਜ਼ਰੂਰ ਭਰੀ ਆ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਫਲਦੇ ਨਹੀਂ ਬਈ ਪੈਸੇ, ਤੁਹਾਨੂੰ ਨੀਂਦ ਆਉਣੀ ਬਹੁਤ ਜ਼ਰੂਰੀ ਆ, ਗਲਤ ਪਾਸੇ ਲੱਗਣਗੇ ਵੀ ਉਹਦਾ ਕੀ ਕਰਨਾ, ਇਹ ਗੱਲ ਬਾਕੀ ਪੱਕੀ ਆ। ਉੱਧਰ ਚੱਲੀਏ ਮਾੜਾ ਜਿਹਾ ਦੇਖ ਕੇ, ਇਹ 'ਤੇ ਵੀ ਨਿਗਾਹ ਮਰਵਾ ਦਿੰਦੇ ਬਈ, ਇਹ ਜਿਵੇਂ ਇਹ ਸਾਰੀ ਆਪਸ਼ਨ ਸਕੋਰਪੀਓ ਵਾਸਤੇ ਆ, 20 ਇੰਚ, ਠੀਕ ਆ, ਹਾਂਜੀ ਹਾਂ, ਸਕੋਰਪੀਓ ਦੇ ਮਤਲਬ ਇਹ 'ਚ ਹਰ ਬ੍ਰਾਂਡ ਅਵੇਲੇਬਲ ਆ ਬਈ, ਤਕਰੀਬਨ ਜਿਵੇਂ ਹੁਣ ਅੱਜ ਕੱਲ੍ਹ ਲੇਟੈਸਟ ਮਾਡਲ ਆਇਆ, ਕੱਲ੍ਹ ਪਰਸੋਂ ਲਾਂਚ ਹੋਇਆ ਪਲਾਟੀ ਦਾ ਆਹ ਮਾਡਲ, ਸਕਾਰਪੀਓ ਅਤੇ ਫੋਰਚੂਨਰ, ਸਕਾਰਪੀਓ, ਥਾਰ, ਫੋਰਚੂਨਰ ਵੱਡੀਆਂ ਗੱਡੀਆਂ ਜਿਵੇਂ ਹੋ ਗਿਆ ਐਂਡੈਵਰ, ਹੈ ਨਾ, ਉਹਨਾਂ ਵਾਸਤੇ ਸਾਰੀ ਰੇਂਜ ਆ ਜਾਂਦੀ ਉੱਧਰ, ਉਹਨਾਂ ਵਾਸਤੇ ਆ ਜਾਂਦੀ, ਹਾਂਜੀ ਹਾਂ। ਕਿਹੜਾ ਲਾਂਚ ਹੋਇਆ ਇਹ ਮਾਡਲ ਬਈ? ਨਵਾਂ ਲਾਂਚ ਹੋਇਆਗਾ, ਆਹਾ, ਹਾਂਜੀ ਹਾਂ, ਇਹ ਬਰੀ ਤੁਮੇ ਆ ਖਾਂਦਾ, ਹੈ ਨਾ, ਇਹ ਜੋ ਸਲੋ ਸਲੋ ਚੱਲੂਗੀ ਤਾਂ ਬਹੁਤ ਸੋਹਣਾ ਲੱਗੂਗਾ, ਹਾਂਜੀ ਹਾਂ, ਇਹ ਤੇ ਇੱਕ ਟਾਇਰ ਫਿੱਟ ਕਰਕੇ ਰੱਖੋ, ਬਹੁਤ ਸੋਹਣਾ ਲੱਗੂਗਾ, ਜੱਸੇ ਫਿੱਟ ਕਰਾ ਕੇ, ਇਹ ਤੇ ਟਾਇਰ ਫਿੱਟ ਕਰਾ ਕੇ ਦਿਖਾ ਦਊਂ ਯਾਰ, ਟੁੱਟ ਗਈ ਜੀ ਟਾਇਰ, ਜਿਵੇਂ ਹੁਣ ਮੈਂ ਦੱਸਦਾ ਬਾਈ, ਹੁਣ ਪਲਾਟੀ ਦਾ ਓਰਿਜਨਲ ਲਾਏ ਆ ਇਹ, ਠੀਕ ਹੈ ਜੀ। ਸਭ ਤੋਂ ਵੱਡੀ ਨਾ ਸਾਡੇ ਲਾਈਨ 'ਚ ਕੀ ਆ, ਡੱਬੀਆਂ ਬਦਲ ਹੁੰਦੇ ਨੇ ਬਾਈ, ਇਕੱਲੀ ਡੱਬੀ ਬਦਲ ਕੇ ਪਲਾਟੀ ਲਾ ਦਿੰਦੇ ਨੇ, ਅਲੋਏ ਦੂਜਾ ਹੁੰਦਾ ਹੈਗਾ, ਉਹ 'ਚ ਦੇਖ ਮੰਨ ਕੇ ਚੱਲੋ ਵੀ 5-5, 6-6 ਹਜ਼ਾਰ ਦਾ ਫਰਕ ਪੈ ਜਾਂਦਾ ਹੈਗਾ, ਜਿਵੇਂ ਅਲੋਏ, ਕਿਉਂਕਿ ਦੇਖੋ ਵੀਰੇ ਆਹ ਡੱਬੀ ਆਹ ਨਿਕਲ ਜਾਂਦਾ ਵਿੱਚੋਂ ਕੈਪ, ਠੀਕ ਹੈ ਜੀ, ਕੈਪ ਬਦਲ ਕੇ ਦੂਜਾ ਲਾਤਾ, ਉਹ ਪਲਾਟੀ ਬਣਾ ਦਿੰਦੇ ਨੇ, ਸਾਡੇ ਕੋਲ ਇਹੋ ਜਿਹਾ ਕੁਛ ਨਹੀਂ ਹੁੰਦਾ। ਜਿਵੇਂ ਹੁਣ ਤੁਹਾਨੂੰ ਮੈਂ ਦਿਖਾਉਣਾ, ਆਹ ਦੇਖੋ ਮਾਰਕਟ ਆ, ਠੀਕ ਹੈ ਜੀ, ਗਰੰਟੀ ਕਾਰਡ ਨਾਲ ਮਿਲੂਗਾ, ਚੀਜ਼ ਨਾਲ ਮਿਲੂ, ਮਤਲਬ ਵੀ ਓਰਿਜਨਲ ਦੀ ਗਰੰਟੀ ਹੋਊਗੀ। ਆ ਆ ਜਿਹੜਾ ਆਹ ਮੇਰੇ ਹਿਸਾਬ ਨਾਲ ਪਲਾਟੀ ਵਾਲਿਆਂ ਦਾ ਕੋਈ ਸੀਰੀਅਲ ਨੰਬਰ ਹੋਊਗਾ, ਸੀਰੀਅਲ ਨੰਬਰ ਆ ਬਈ, ਬਾਕੀ ਬਈ ਉਹਨਾਂ ਦੇ ਵੈਬਸਾਈਟ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ, ਹੈ ਨਾ, ਮਤਲਬ ਵੀ ਜੇ ਕੋਈ ਬੰਦਾ ਕਹੇ ਵੀ ਚੀਜ਼ ਗਲਤ ਪਾਤੀ, ਗਲਤ ਦੱਸ ਕੇ, ਮੈਂ ਜ਼ਿੰਮੇਵਾਰ ਹਾਂ, ਮਤਲਬ ਜੋ ਅਗਲਾ ਮਤਲਬ ਜੁਰਮਾਨਾ ਲਾਉਣਾ ਚਾਹੇ ਲਾ ਸਕਦਾ, ਇਕੱਲੀ ਡੱਬੀ ਨਹੀਂ ਪਲਾਟੀ ਦੀ, ਮੈਂ ਕਈ ਵਾਰੀ ਹੱਸਦਾ ਹੁੰਦਾ ਗਾਹਕ ਨੂੰ, ਵਹਿਮ ਹੁੰਦਾ ਬਈ ਓਰਿਜਨਲ ਆ, ਮੈਂ ਉਹਨੂੰ ਇਹੀ ਕਹਿੰਦਾ ਹੁੰਦਾ ਵੀ ਵੀਰੇ ਓਰਿਜਨਲ ਨਾ ਹੋਇਆ ਫਰੀ, ਵਾਹ ਬਹੁਤ ਵੱਡੀ ਗੱਲ ਆ। ਇਹ ਤਾਂ ਟਾਇਰ ਪੋਈ, ਟਾਇਰ ਪਵਾਈਏ ਪ੍ਰੀ, ਦੇਖਦੇ ਹਾਂ ਟਾਇਰ ਪਵਾ ਕੇ ਕਿਹੋ ਜਿਹਾ ਲੱਗਦਾ। ਬਾਕੀ ਆ ਫਿਊਲ ਅੱਜ ਕੱਲ੍ਹ ਬਈ ਬਹੁਤ ਪੈਂਦਾ ਥਾਰ ਦੇ, ਹੁਣ ਇਹਦੇ ਅੰਦਰ ਵੀ ਬਈ ਦੇਖੋ, ਇਹਦੇ ਅੰਦਰ ਵੀ ਬੜੀਆਂ ਚੀਜ਼ਾਂ ਆਉਂਦੀਆਂ ਨੇ ਨਾ, ਇਹ ਓਰਿਜਨਲ ਆ ਬਈ, ਇਹ ਓਰਿਜਨਲ ਫਿਊਲ ਆ, ਫਿਊਲ ਇਹ ਅਮੈਰੀਕਾ ਦਾ ਬ੍ਰਾਂਡ ਆ, ਅਮੈਰੀਕਨ ਬ੍ਰਾਂਡ ਦਾ ਫਿਊਲ ਬਣਦਾ ਹੁਣ ਅੱਜ ਕੱਲ੍ਹ ਇੰਡੀਆ 'ਚ ਹੀ ਆ, ਇਹ ਓਰਿਜਨਲ ਫਿਊਲ ਆ। ਹੁਣ ਇਹਦੇ ਅੰਦਰ ਬਈ ਕਾਪੀ ਆਉਂਦੀ ਆ, ਤੁਹਾਨੂੰ ਉਹ ਵੀ ਦਿਖਾਉਣਾ ਮੈਂ, ਆਹ ਬਰਾਬਰ ਤਾਂ ਨਹੀਂ ਮੰਮੇ, ਠੀਕ ਆ ਵੀਰੇ,
ਲੋਕਾਂ ਨੂੰ ਕਿਸੇ ਨੂੰ ਤੁਹਾਨੂੰ ਨਹੀਂ ਪਤਾ ਵੀ ਓਰੀਜਨਲ ਹੈ ਕਿ ਮੈਨੂੰ ਨਹੀਂ ਪਤਾ ਲੱਗਣਾ ਨਹੀਂ ਪਤਾ ਹੈ ਨਾ ਕਸਟਮਰ ਨੂੰ ਨਹੀਂ ਪਤਾ ਹੁੰਦਾ ਹੈ ਨਾ ਪਰ ਅਸੀਂ ਇਹ ਦੋਵੇਂ ਬਰਾਬਰ ਤਾਂ ਰੱਖੇ ਨੇ ਵੀ ਗਾਹਕ ਨੂੰ ਪਤਾ ਲੱਗੇ ਵੀ ਮੈਂ ਕੀ ਪਵਾ ਰਿਹਾ ਤੁਹਾਡੇ ਸਾਹਮਣੇ ਆ ਬਰਾਬਰ ਪਏ ਨੇ ਆਹ ਵੀ ਆਹ ਫਿਊਲ ਵੀ ਪਿਆ ਹੈਗਾ X2 ਦਾ ਵੀ ਪਿਆ ਪਲਾਟੀ ਦਾ ਵੀ ਪਿਆ ਆਹ ਹੁਣ ਸੇਮ ਡਿਜ਼ਾਈਨ ਪਲਾਟੀ 'ਚ ਆਉਂਦਾ ਉਹ ਵੀ ਪਿਆ ਜੀ ਮੈਕਸ ਦਾ ਵੀ ਪਿਆ ਬਰਾਬਰ ਤਾਂ ਹੀ ਰੱਖੇ ਨੇ ਵੀ ਅਗਲੇ ਨੂੰ ਪਤਾ ਲੱਗੇ ਵੀ ਮੈਂ ਕੀ ਪਵਾ ਰਿਹਾ ਆਹ ਹੀ ਨਹੀਂ ਹੈਗਾ ਵੀ ਇਕੱਲਾ ਮਾਰ ਕੇ ਫਿਊਲ ਦਾ ਲਾਇਆ ਹੋਇਆ ਅਤੇ ਆਪਾਂ ਰੇਟ ਉਹ ਵਧਾ ਲਿਆ ਕੋਈ ਗੱਲ ਨਹੀਂ ਨਹੀਂ ਪਤਾ ਕਿਉਂਕਿ ਲਿਖਿਆ ਫਿਊਲ ਹੋਇਆ ਉਹਦੇ ਵਾਸਤੇ ਫਿਊਲ ਹੀ ਆ ਇਹ ਬਟ ਇਹਦਾ ਤੇ ਓਰੀਜਨਲ ਦਾ ਬਹੁਤ ਫਰਕ ਹੈ ਹੁਣ ਉਹ ਦੇਖੋ ਬਈ ਹੁਣ ਜਿਹੜਾ ਓਰੀਜਨਲ ਫਿਊਲ ਆ ਉਹ 12 ਇੰਚ ਚੌੜਾ ਵੀਰੇ ਡੀਪ ਦੇਖੋ ਕਿੰਨਾ ਡੂੰਘਾ ਦੇਖੋ ਕਿੰਨਾ ਇਹ ਇਹਦਾ ਵਜ਼ਨ ਦੇਖੋ ਇਹ 4-1 ਬਰਾਬਰ ਹੈ ਇਹ 1-1 ਬਰਾਬਰ ਹੈ ਇੰਨਾ ਫਰਕ ਹੈ ਵਜ਼ਨ ਦਾ ਇਹ ਮਹਿੰਗੇ ਆ ਬਾਈ ਫਿਊਲ ਇਹ ਬਈ ਮਹਿੰਗੇ ਨੇ ਇਹ 22 ਇੰਚ ਦਾ ਸੈੱਟ ਇਹ ਬਈ 2 ਲੱਖ ਤੋਂ ਉੱਪਰ ਆ 2-2.5 ਲੱਖ ਰੁਪਏ ਦਾ ਸੈੱਟ ਆ 22 ਇੰਚ ਦਾ ਓਰੀਜਨਲ ਫਿਊਲ ਦਾ ਜੇ ਤੁਸੀਂ ਕਾਪੀ ਲੈਣਾ ਮਾਰਕੀ ਵਾਲਾ ਲੈਣਾ ਉਹ 1 ਲੱਖ ਰੁਪਏ ਦਾ ਇੰਨਾ ਫਰਕ ਹੈ ਦੇਖੋ 1-1.5 ਲੱਖ ਦਾ ਉਹ 'ਚ ਵੀ ਵਰਾਇਟੀਆਂ ਆਉਂਦੀਆਂ ਨੇ ਘੱਟ ਡੂੰਘਾ ਵੱਧ ਡੂੰਘਾ ਬਹੁਤ ਕੁਛ ਆਉਂਦਾ ਬਈ ਇਹਦੀ ਡੰਗਾਈ ਦੇ ਵਿੱਚ ਉੱਤਰ ਯਾਰ ਆਹ ਬਹੁਤ ਸੋਹਣਾ ਆਹਾ ਇਹ ਬਾਈ ਤੁਸੀਂ ਦੇਖਿਆ ਹੋਣਾ ਸਿੱਧੂ ਮੂਸੇ ਵਾਲੇ ਬਾਈ ਦੀ ਗੱਡੀ ਦੇ ਪਿਆ ਹੋਇਆ ਇਹ ਲਓ ਸੇਮ ਫੋਰਚੂਨਰ ਦੇ ਅੱਛਾ ਹਾਂਜੀ ਹਾਂ ਆਹ ਕੱਪ ਜਾ ਵੀ ਇਹਦੇ ਉੱਤੇ ਆਈ ਲੱਗਦਾ ਨਹੀਂ ਅੰਦਰੋਂ ਲੱਗਦਾ ਬਈ ਇਹ ਤਾਂ ਉੱਪਰ ਰੱਖਿਆ ਡਿੱਗ ਪੈਂਦਾ ਇਹ ਹਾਂ ਇਹ ਅੰਦਰੋਂ ਲੱਗਦਾ ਅੰਦਰਲੇ ਪਾਸੇ ਲੱਗਦਾ ਇਹ ਫੋਰਚੂਨਰ ਦਾ ਬਈ ਫੋਰਚੂਨਰ ਐਂਡੇਵਰ ਵਾਸਤੇ ਆ ਇਹ ਬਈ ਜਿਵੇਂ ਥਾਰ ਵਾਸਤੇ ਆ ਗਿਆ ਇਹਦਾ ਬਈ ਤੁਸੀਂ ਰੋਇਲਸ ਰੋਇਲਸ ਦੇ ਨਹੀਂ ਖੜਦਾ ਹੁੰਦਾ ਬਈ ਵਿਚਾਲੇ ਲੋਗੋ ਆਹ ਦੇਖੋ ਆਹ ਲੋਗੋ ਵਿਚਾਲੇ ਖੜਦਾ ਇਹਦਾ ਆਹ ਚੀਜ਼ ਓਕੇ ਹਾਂ ਇਹ ਉਵੇਂ ਹੀ ਰਹਿੰਦਾ ਹੈਗਾ ਇਹ ਨਹੀਂ ਬਦਲਦਾ ਇਹ ਉਨਾ ਹੀ ਰਹੂ ਉਵੇਂ ਹੀ ਰਹੂਗਾ ਹਾਂਜੀ ਹਾਂ ਕੋਸ਼ਿਸ਼ ਆ ਬਾਈ ਸਾਰੀ ਵੈਰਾਈਟੀ ਪੂਰੀ ਰੱਖੀਏ ਸੋਹਣਾ ਬਾਬਾ ਆਹ ਵੀਰ ਬਾਈ ਸੋਹਣਾ ਵਾਲਾ ਹਾਂਜੀ ਹਾਂ ਇਹ ਬਈ ਉਹਨਾਂ ਵਾਸਤੇ ਜਿਹੜੇ ਲੋਕ ਪਸੰਦ ਕਰਦੇ ਵੀ ਸਾਡਾ ਟਾਇਰ ਨਾ ਫਲੈਟ ਰਹੇ ਬਾਹਰ ਨਾ ਨਿਕਲੇ ਇਹ ਦੇਖੋ ਇਹ ਬਿਲਕੁਲ ਫਲੈਟ ਹੈਗਾ ਇਹ ਬਾਹਰ ਨਹੀਂ ਨਿਕਲਦਾ ਟਾਇਰ ਬਾਹਰ ਨਹੀਂ ਕੱਢਦਾ ਜਿਵੇਂ ਕਈ ਲੋਕ ਪਸੰਦ ਕਰਦੇ ਨੇ ਯਾਰ ਟਾਇਰ ਨਹੀਂ ਬਾਹਰ ਨਿਕਲਣਾ ਚਾਹੀਦਾ ਗੱਡੀ ਤੋਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਨਹੀਂ ਕਿਤੇ ਨਾ ਕਿਤੇ ਚੰਡੀਗੜ੍ਹ ਚਲਾਉਣੀ ਹੈ ਚੰਡੀਗੜ੍ਹ ਵੀ ਚਲਾਉਣੀ ਆ ਬਾਕੀ ਗੱਡੀ ਦਾ ਕਿਤੇ ਨਾ ਕਿਤੇ ਯਾਰ ਜਦੋਂ ਬਾਹਰ ਟਾਇਰ ਮਾਚੀ ਜਦੋਂ ਟਾਇਰ ਬਾਹਰ ਜ਼ਿਆਦਾ ਨਿਕਲਦਾ ਉਦੋਂ ਰੰਗ ਰੁੰਗ ਦਾ ਰੰਗ ਦਾ ਫਰਕ ਵੀ ਕਰਦਾ ਰੰਗ ਦਾ ਵੀ ਫਰਕ ਪੈਂਦਾ ਬਈ ਗੱਡੀ ਬਬਲਿੰਗ ਦਾ ਫਰਕ ਰਹਿੰਦਾ ਲੱਗਣ ਦਾ ਅਲੋਏ ਤੇ ਸਕ੍ਰੈਚ ਪੈਣ ਦਾ ਡਰ ਰਹਿੰਦਾ ਬਾਕੀ ਵੀ ਹਰੇਕ ਦੀ ਪਸੰਦ ਆ ਸਾਡੇ ਕੋਲ ਕਸਟਮਰ ਆਉਂਦਾ ਵੀ ਬਾਈ ਇਹਨੂੰ 2 ਇੰਚ ਬਾਹਰ ਕੱਢ ਦੇ ਸਾਨੂੰ ਸੋਹਣੀ ਵੱਧ ਲੱਗਦੀ ਆ ਸਾਡੇ ਕੋਲ ਉਹ ਵੀ ਕਸਟਮਰ ਆਉਂਦਾ ਜਿਹੜਾ ਕਹਿੰਦਾ ਯਾਰ ਬਾਹਰ ਨਹੀਂ ਨਿਕਲਣਾ ਚਾਹੀਦਾ ਵੀ ਅੰਦਰ ਹੀ ਰਹੇ ਟਾਇਰ ਹਰ ਮਤਲਬ ਜਿਹੇ ਜੀ ਅਗਲੇ ਦੀ ਨੀਡ ਆ ਉਹ ਜਿਹਾ ਆਪਣੇ ਕੋਲ ਇੰਤਜ਼ਾਮ ਹੈਗਾ ਆਪਾਂ ਤਾਂ ਅਗਲੇ ਦੀ ਚੁਆਇਸ ਤੇ ਕੰਮ ਕਰਦੇ ਹਾਂ ਵੀ ਅਗਲੇ ਦੀ ਚੁਆਇਸ ਕਿਵੇਂ ਆ ਜਾ ਪ੍ਰੀਤ ਆ ਜਾ ਪੁਰਾਣੇ ਟਾਇਰ ਦੇਖ ਕੇ ਆਈਏ ਪੁੱਤ ਆਹ ਸਟਾਕ ਬਹੁਤ ਪਿਆ ਯਾਰ ਤੇਰੇ ਕੋਲ ਤਾਂ ਪੁਰਾਣੇ ਟਾਇਰਾਂ ਦਾ ਹਾਂਜੀ ਹਾਂ ਬਾਈ ਥੋੜ੍ਹਾ ਜਿਹਾ ਸੈੱਟ ਕਰ ਰਹੇ ਨਾ ਨਵੇਂ ਹੀ ਬਣਾਇਆ ਬਈ ਆਪਾਂ ਜਗ੍ਹਾ ਇਹ ਅਤੇ ਇਹ ਹਜੇ ਥੋੜ੍ਹਾ ਸੈੱਟ ਕਰ ਰਹੇ ਹੈਗੇ ਹਜੇ ਸਟੋਰ ਸਟੂਰ ਨਵੇਂ ਹੀ ਬਣੇ ਨੇ ਹਜੇ ਬਾਹਰ ਲੱਗਿਆ ਹੋਇਆ ਮਾਲ ਆਹ ਪੁਰਾਣੇ ਆ ਇਹ ਪੁਰਾਣੇ ਨੇ ਬਾਈ ਹੁਣ ਮੇਰੀ ਗੱਲ ਸੁਣੋ ਵੀਰੇ ਮੈਂ ਉਹੀ ਦੱਸਦਾਂਗਾ ਹੁਣ ਕੀ ਹੁੰਦਾ ਨੋਰਮਲੀ ਵੀਰੇ ਤੁਹਾਡੀ ਤੁਸੀਂ ਨਵੀਂ ਗੱਡੀ ਲਿਆ ਕੇ ਟਾਇਰ ਲਾਹਤੇ ਹੈ ਨਾ ਲੋਕ ਨੋਰਮਲੀ ਮੈਂ ਦੇਖੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਪਰ ਜਨਰਲੀ ਲੋਕ ਕੀ ਕਰਦੇ ਨੇ ਪੋਲਸ ਮਾਰ ਕੇ ਅੰਦਰ ਲਾ ਲੈਂਦੇ ਨੇ ਸਟੋਰ ਦੇ ਅੰਦਰ ਨਵਿਆਂ 'ਚ ਵੇਚਦੇ ਨੇ ਮੇਰੀ ਬਾਈ ਮਤਲਬ ਵੀ ਜੇ ਕੋਈ ਬੰਦਾ ਕਹਿੰਦੇ ਵੀ ਇਹਨੇ 85 ਵਾਲਾ ਟਾਇਰ ਨਵਿਆਂ 'ਚ ਵੇਚਿਆ ਅੱਜ ਤੱਕ ਮੈਂ ਉਹਦਾ ਜ਼ਿੰਮੇਵਾਰ ਹਾਂ ਹੁਣ ਦੇਖੋ ਜਿਵੇਂ ਹੁਣ ਥਾਰ ਦੇ ਲਾਇਆ ਬਾਈ ਕੱਲ੍ਹ ਹੁਣ ਇਹ ਟਾਇਰ ਬਿਲਕੁਲ ਬ੍ਰਾਂਡ ਨਿਊ ਆ ਥੱਲੇ ਵੀ ਨਹੀਂ ਲੱਗਿਆ ਹੋਇਆ 84 ਵਾਲੇ ਟਾਇਰ 'ਚੋਂ ਕੱਢਿਆ ਹੈਗਾ ਪਰ ਇਹ ਮੇਰੇ ਕੋਲ ਪੁਰਾਣਿਆਂ 'ਚ ਹੀ ਪਿਆ ਮੈਂ ਨਵਿਆਂ 'ਚ ਨਹੀਂ ਵੇਚਦਾ ਮੇਰਾ ਮਨ ਨਹੀਂ ਮੰਨਦਾ ਉਹ ਚੀਜ਼ ਕਰਨ ਦਾ ਯਾਰ ਮੈਂ ਤਾਂ ਕਿਹਾ ਕਿਤੇ ਆ ਫਿੱਟ ਕੀਤਾ ਹੁਣ ਨਵਾਂ ਨਹੀਂ ਨਹੀਂ ਬਈ ਇਹ ਪੁਰਾਣਾ ਹੀ ਹੈ ਦੇਖੋ ਇਹ ਆਹ ਚੀਜ਼ਾਂ ਨਾ ਦੇਖੋ ਆ ਦਾਣਾ ਟਾਇਰ ਦੇ ਉੱਪਰ ਬਿਲਕੁਲ ਉਵੇਂ ਹੀ ਖੜਾ ਵੀਰੇ ਹਾਂ ਕੱਢਿਆ ਵੀ ਆਪਾਂ ਸਟੈਪ ਨਹੀਂ ਥੱਲੇ ਵੀ ਨਹੀਂ ਲੱਗਿਆ ਟਾਇਰ ਬਈ ਇਹ ਆਹ ਦੇਖੀ ਵੀਰੇ ਤਾਂ ਆਹ ਦੇਖ ਆਹ ਚੀਜ਼ ਤਾਂ ਆਹ ਤਾਂ ਪਹਿਲੇ ਦੇਣੀ ਕਾ ਹਜੂਗੀ ਆਹ ਹਾਂ ਇਹ ਪਰ ਮੇਰੀ ਆਤ ਜੀ ਨਹੀਂ ਹੈਗੀ ਬਈ ਆਹ ਹੁਣ ਸਕਾਰਪੀਓ ਐਨ ਵਾਲੇ ਸੈੱਟ ਟਾਇਰ ਨੇ ਆਹ ਸਕਾਰਪੀਓ ਐਨ ਵਾਲੇ ਟਾਇਰ ਲਾਹੇ ਪਏ ਨੇ ਹੁਣ ਆਹ ਕਿਸੇ ਦੇ ਟਾਇਰ ਲਾਹੇ ਪਏ ਨੇ ਹਨਾ ਮੈਂ ਪੁਰਾਣੇ ਜੀ ਵੇਚਦਾ ਹੁਣ ਜਿਵੇਂ ਹੁਣ ਆਹ ਦੇਖੋ ਇਹ 17 ਨੰਬਰ ਸਕਾਰਪੀਓ ਜਿਹੜੀ ਛੋਟੀ ਆ Z6 ਆਉਂਦੀ ਆ ਉਹਦਾ ਟਾਇਰ ਹੈਗਾ ਪੋਲੋ ਦੇ ਹਨਾ ਸਭ ਕੁਝ ਅਵੇਲੇਬਲ ਆ ਬਈ ਜੇ ਕਿਸੇ ਨੂੰ ਸਿੰਗਲ ਟਾਇਰ ਚਾਹੀਦਾ ਪੁਰਾਣਾ ਕੁਝ ਚਾਹੀਦਾ ਜੋ ਮਰਜ਼ੀ ਲਓ ਆਹ 12 ਨੰਬਰ ਤੋਂ ਲੈ ਕੇ 22-23-24 ਨੰਬਰ ਤੱਕ ਅਵੇਲੇਬਲ ਆ ਜੀ ਯਾਰ ਵਿੱਚ ਤਾਂ ਜਮਾਂ ਹੀ ਨਵੇਂ ਟਾਇਰ ਪਏ ਆ ਆਹ ਦੇਖੀ ਪ੍ਰੀਤ ਆਹ ਟਾਇਰ ਦੇਖੀ ਪ੍ਰੀਤ ਆਹ ਦੇਖ ਟਾਇਰ ਪਿਆ ਲੈ ਆਹ ਵੀ ਸਟਿਪਣੀ ਦਾ ਟਾਇਰ ਆ ਇਹ ਹਾਂਜੀ ਇਹ ਨਵੇਂ ਪਏ ਨੇ ਬਾਈ
ਜਿਵੇਂ BMW ਦਾ ਸੈੱਟ ਪਿਆ ਪਰਸੋਂ ਦਾ ਹੈਗਾ ਉਹ ਬਈ 24 ਇੰਚ ਹਾਂ ਇਹ ਆਫ ਰੋਡਿੰਗ ਵਾਲੇ ਟਾਇਰ ਪਏ ਨੇ ਦੇਖ ਲਾ ਜਮਾ ਨਵੇਂ ਟਾਇਰ ਇਹ ਟਾਇਰ ਬਈ 8000 ਕਿਲੋਮੀਟਰ 10000 ਕਿਲੋਮੀਟਰ ਚੱਲੇ ਹੋਏ ਨੇ ਹਨਾ ਨਵੇਂ ਵਰਗੇ ਇਹਨਾਂ ਦਾ ਜਿਵੇਂ ਬਈ ਪ੍ਰਾਈਸ ਦਾ ਬਹੁਤ ਫਰਕ ਪੈ ਜਾਂਦਾ ਉਹ ਦੇਖੋ ਮੁੰਡਾ ਜਿਹੜਾ ਉੱਪਰ ਰੱਖੀ ਜਾਂਦਾ ਟਾਇਰਾਂ ਨੂੰ ਹਾਂ ਉਹ ਥਾਰ ਦੇ ਬਈ ਸੀਏਟ ਵਾਲੇ ਟਾਇਰ ਨੇ ਜਿਵੇਂ ਹੁਣ ਇੱਧਰ ਬਈ ਸਕਾਰਪੀਓ ਦੇ ਉਹ ਦੇਖੋ 80 ਟਾਇਰ ਪਏ ਸਟਿਪਨੀ ਵਾਲੇ ਪਏ ਨੇ ਹਨਾ ਕੋਈ ਕੋਈ 50 ਪੈਸੇ 60 ਪੈਸੇ 70 ਪੈਸੇ 90 ਪੈਸੇ ਜੋ ਮਰਜ਼ੀ ਲਓ ਵੀਰੇ ਲੈ ਵੀ ਜੇ ਕਿਸੇ ਨੇ ਲੈਣੇ ਆ ਨਾ ਸੈਕੰਡ ਹੈਂਡ ਟਾਇਰ ਅਲਾਇਲ ਅਲਾਇਲੂਏ ਵੀ ਜੇ ਕਿਤੇ ਅਲਾਇ ਵੀ ਹੁੰਦੇ ਆ ਹਨਾ ਆਪਣੇ ਕੋਲ ਹਾਂ ਹਾਂ ਵੀਰੇ ਅਲਾਇ ਬਾਹਰ ਪੈਣੇ ਉਹ ਵੀ ਦਿਖਾਉਣੇ ਹੈਗੇ ਅਲਾਇ ਵੀ ਬਾਹਰ ਪੈਣੇ ਸੈਕੰਡ ਹੈਂਡ ਵਾਲੇ ਵੀ ਦਿਖਾ ਦਈਏ ਜੋ ਮਰਜ਼ੀ ਆ ਜੋ ਵੀ ਇੱਧਰ ਵੀ ਪਏ ਨੇ ਦਿਖਾ ਆ ਵੀ ਦਿਖਾ ਦਈਏ ਹੁਣ ਇਹ ਕੰਮ ਇਹ ਘੰਟਾ ਵੀ ਕੱਢ ਦਈਏ ਹੁਣ ਤੇਰਾ ਜਿਵੇਂ ਆ ਵੀ ਸਾਡਾ ਹਜੇ ਥੋੜਾ ਜਿਹਾ ਸੈਟਿੰਗ ਚੱਲ ਰਹੀ ਹੈ ਆ ਸਾਈਡ ਕਰੀ ਇਹ ਪੈਕਿੰਗ ਚੱਲ ਰਹੀ ਹੈ ਬਈ ਜਿਹੜੇ ਅਸੀਂ ਭੇਜਦੇ ਆ ਬਾਹਰ ਇੱਕ ਚੀਜ਼ ਦੀ ਬਈ ਹੋਰ ਆਪਣੀ ਜ਼ਿੰਮੇਵਾਰੀ ਹੈ ਕਈ ਵਾਰੀ ਕੀ ਹੁੰਦਾ ਗਾ ਬਈ ਹੈ ਨਾ ਅਲੋਏ ਆ ਜਿਹੜਾ ਵੱਡਾ ਅਲੋਏ ਆ ਜਿਵੇਂ ਆਪਾਂ ਗੱਲ ਕਰਦੇ ਸੀਗੇ ਉਹ 'ਚ ਬਲ ਪੈ ਜਾਂਦਾ ਜਿਵੇਂ 20 ਇੰਚ ਦਾ ਅਲੋਏ ਉਹ 'ਚ ਬਲ ਪੈ ਜਾਂਦਾ ਮਤਲਬ ਵੀ ਹੁਣ ਮੈਂ ਤੁਹਾਨੂੰ ਦਿਖਾਉਣਾ ਗਾ ਹੁਣ ਆਹ ਅਲੋਏ ਲਾਏ ਬਈ ਆਪਾਂ ਆਹ ਅਲੋਏ ਨਾ ਪਰਸੋਂ ਲਾਏ ਅਤੇ ਪਰਸੋਂ ਲਾਏ ਇਹਦੇ ਅੰਦਰ ਇੱਕ ਅਲੋਏ ਦੇ ਅੰਦਰ ਬਲ ਸੀ ਆਹ ਦੇਖੋ ਆਹ ਸਿੱਧਾ ਕਰਿਆ ਗਰਮ ਕਰਕੇ ਇਹ ਜਿਹੜਾ ਸਮਾਨ ਆ ਮੈਂ ਆਪਦੇ ਕਾਊਂਟਰ 'ਤੇ ਨਹੀਂ ਵੇਚਦਾ ਬਈ ਬਹੁਤ ਕਾਊਂਟਰ ਨੇ ਜਿੱਥੇ ਵਿਕਦਾ ਸਸਤਿਆਂ 'ਚ ਵਿਕਦਾ ਮਹਿੰਗਾ 'ਚ ਵਿਕਦਾ ਰੰਗ ਕਰਕੇ ਵਿਕਦਾ ਮੈਂ ਆਪਦੇ ਕਾਊਂਟਰ 'ਤੇ ਨਹੀਂ ਵੇਚਦਾ ਆਹ ਪੈਕ ਕਰਾ ਕੇ ਇਹ ਭੇਜ ਦਿੰਦਾ ਬਈ ਜ਼ਿਆਦਾਤਰ ਬੜਾਇਲ ਚਲਾ ਜਾਂਦਾ ਜਾਂ ਹੈ ਨਾ ਹੋਰ ਬਹੁਤ ਥਾਵਾਂ 'ਤੇ ਜਾਂਦਾ ਹੈਗਾ ਵਪਾਰੀ ਆਉਂਦੇ ਨੇ ਲੈ ਜਾਂਦੇ ਨੇ ਮੈਂ ਆਪਦੇ ਕਾਊਂਟਰ 'ਤੇ ਨਹੀਂ ਵੇਚਦਾ ਵੈਲਡ ਹੋਇਆ ਪੀਸ ਮੇਰੇ ਕਾਊਂਟਰ 'ਤੇ ਨਹੀਂ ਮਿਲੂਗਾ ਅੱਛਾ ਜਿਹੜਾ ਪੁਰਾਣਾ ਵੀ ਦੇਣਾ ਉਹ ਵੀ ਸਾਫ਼ ਹੀ ਦੇਣਾ ਹਾਂ ਬਈ ਪਤਾ ਕੀ ਕਿਹਾ ਉਹਦੇ ਨਾਲ ਹੀ ਮਾਰਕੀਟ ਬਣਦੀ ਹੈ ਵੀਰੇ ਤੁਸੀਂ ਤੁਰੇ ਜਾਂਦੇ ਹੋ ਉਹਦਾ ਕ੍ਰੈਕ ਹੋ ਜਾਏ ਯਾਰ ਮੁੜ ਕੇ ਤਾਂ ਨਹੀਂ ਆਉਂਦਾ ਕਸਟਮਰ ਨਾ ਹੁਣ ਜਿਵੇਂ ਆਹ ਚੀਜ਼ਾਂ ਨੇ 17 ਨੰਬਰ ਦਾ ਸੈੱਟ ਪਿਆ ਇਹ ਸਾਫ਼ ਸੈੱਟ ਹੈ ਜਿਵੇਂ ਹੁਣ ਆਹ 17 ਨੰਬਰ ਦੇ ਸਾਰੇ ਜਿਵੇਂ ਬਰੈਜ਼ਾ ਬਰੂਜ਼ਾ ਹੋ ਗਈ ਜਾਂ ਕਿਸੇ ਨੇ ਸਕਾਰਪੀਓ ਦੇ ਛੋਟੇ ਲੋਏ ਪਾਉਣੇ ਨੇ ਅੱਜ ਕੱਲ੍ਹ ਜਮ੍ਹਾਂ ਲੇਟੈਸਟ ਡਿਜ਼ਾਈਨ ਦੇ ਲੋਏ ਨੇ ਉਹ ਜਮ੍ਹਾਂ ਨਵਾਂ ਸੈੱਟ ਪਿਆ ਕੋਈ ਸਕ੍ਰੈਚ ਨਹੀਂ ਹੈਗਾ ਆਹ 16 ਨੰਬਰ ਦਾ ਪਿਆ ਉਹ 14 ਨੰਬਰ ਦਾ ਪਿਆ ਇਹਨਾਂ ਬਾਕੀ 86 ਸੈੱਟ ਆਉਂਦੇ ਨੇ ਬਈ ਕਈ ਬੰਦੇ ਸ਼ੌਕੀਨ ਹੁੰਦੇ ਵੀ ਗੱਡੀ ਬੇਸ ਮਾਡਲ ਲੈਣੀ ਲੈ ਲਈ ਅਲਾਏ ਪਾਉਣਾ ਟੌਪ ਮਾਡਲ ਵਾਲਾ ਹੈ ਨਾ ਕਈਆਂ ਨੂੰ ਹੁੰਦਾ ਵੀ ਯਾਰ ਵੀ ਪੈਸੇ ਵੀ ਵੱਧ ਜਾਣ ਅਤੇ ਗੱਡੀ ਦੀ ਲੁੱਕ ਵੀ ਸੋਹਣੀ ਬਣ ਜਾਏ ਉਹ ਚੀਜ਼ ਵੀ ਆਪਣੇ ਕੋਲ ਅਵੇਲੇਬਲ ਆ ਦਿਖਾਈ ਸਕਾਰਪੀਓ ਇਹਨਾਂ ਵਾਲਾ ਦਿਖਾਓ ਵੀਰੇ ਨੂੰ ਹਾਂ ਬਣ ਜਿਵੇਂ ਬਈ ਆਹਾ ਹੈ ਨਾ ਇਹ ਬਈ ਅੱਜ ਕੱਲ੍ਹ ਬਹੁਤ ਡਿਮਾਂਡ 'ਚ ਆਹਾ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਇਹ ਵੀ ਫੀਮ ਲੈਣੀ ਸੌਖੀ ਹੈ ਲੈਣਾ ਔਖਾ ਇਹ ਬਈ ਇੰਨੀ ਜ਼ਿਆਦਾ ਡਿਮਾਂਡ 'ਚ ਹੈ ਸਕਾਰਪੀਓ ਇਹਨਾਂ ਨਹੀਂ ਆਈ ਬਈ ਨਵੀਂ ਉਹਦਾ ਟੌਪ ਮਾਡਲ ਦਾ ਲੋਏ ਆ ਅਸਲ ਇਹ ਬਈ ਆਇਆ ਸਿਰਫ ਜਿਹੜੀ ਆਟੋਮੈਟਿਕ ਟੌਪ ਮਾਡਲ ਆਈ ਹੈਗੀ 4x4 ਉਹ ਚੀਜ਼ ਦਿੱਤਾ ਹੈ ਕੰਪਨੀ ਨੇ ਉਹ ਮਾਡਲ ਬਿਕ ਘੱਟ ਰਿਹਾ ਹੈਗਾ ਹੈ ਨਾ ਛੋਟਾ ਮਾਡਲ ਵੱਧ ਵਿਕ ਰਿਹਾ ਹਰੇਕ ਨੂੰ ਐਵੇਂ ਮੈਂ ਚੇਂਜ ਕਰਾ ਲਾ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਈ ਅੱਜ ਕੱਲ੍ਹ ਸਕਾਰਪੀਓ ਮਤਲਬ ਇਹ ਮੇਰੇ ਕੋਲ ਇਹ ਤਾਂ ਨਹੀਂ ਸਪਲਾਈ ਖੁੱਲ੍ਹੀ ਇਹਦੀ ਤਾਂ ਮਤਲਬ ਇਹ ਤਾਂ ਲਿਮਿਟਿਡ ਹੀ ਆਉਂਦੇ ਨੇ ਬਟ ਅਦਰਵਾਈਜ਼ ਹੁੰਦਾ ਅਵੇਲੇਬਲ ਵੀ ਹੈ ਨਾ ਜਿਵੇਂ ਆਹ ਹੋ ਗਿਆ ਸਕਾਰਪੀਓ ਕਲਾਸਿਕ ਦਾ ਹੋ ਗਿਆ ਇਹ ਸੈਕਿੰਡ ਹੈਂਡ ਆ ਇਹ ਸੈਕਿੰਡ ਹੈਂਡ ਆ ਵੀਰੇ ਹੁਣ ਮੈਂ ਦਿਖਾਉਣਾ ਇੱਕ ਚੀਜ਼ ਤੁਹਾਨੂੰ ਹੁਣ ਜਿਵੇਂ ਸੈਕਿੰਡ ਹੈਂਡ ਇੱਕ ਤਾਂ ਹੁੰਦਾ ਸਕ੍ਰੈਚ ਵਾਲਾ ਬਿਲਕੁਲ ਨਵੀਂ ਗੱਡੀ ਦਾ ਜਮ੍ਹਾਂ ਨਵੀਂ ਗੱਡੀ ਦਾ ਤੁਸੀਂ ਆਹ ਦੇਖੋ ਵੀ ਕੋਈ ਕੱਪੜਾ ਨਹੀਂ ਮਾਰਿਆ ਹੋਇਆ ਕੁਛ ਨਹੀਂ ਮਾਰਿਆ ਹੋਇਆ ਐਜ਼ ਇਟ ਇਜ਼ ਹੈ ਕੋਈ ਸਕ੍ਰੈਚ ਨਹੀਂ ਮਤਲਬ ਵੀ ਜਿਹੜੀ ਚੀਜ਼ ਕਹਾਂਗੇ ਉਹੀ ਦੇਵਾਂਗੇ ਇਹ ਬਲੀਨੋ ਦਾ ਬਈ ਥੋੜ੍ਹਾ ਜਿਹਾ ਯੂਜ ਦਾ ਜਿਵੇਂ 20000 ਕਿਲੋਮੀਟਰ ਚੱਲਿਆ ਹੋਇਆ ਪਰ ਸੈੱਟ ਸਾਫ਼ ਆ ਕੋਈ ਕੋਈ ਟੁੱਟਿਆ ਨਹੀਂ ਕੋਈ ਕੋਈ ਵੈਲਡਿੰਗ ਨਹੀਂ ਕੋਈ ਕੁਛ ਨਹੀਂ ਹਾਂਜੀ ਹਾਂ ਵਿੰਗਾ ਨਹੀਂ ਹੋਇਆ ਮਤਲਬ ਆਪਾਂ ਇਹ ਕਹਿ ਸਕਦੇ ਵੀ ਜੇ ਕਿਸੇ ਨੇ ਅਲਾਈ ਵੀਲ ਆਪਣੇ ਤੋਂ ਸੈਕੰਡ ਹੈਂਡ ਵੀ ਲੈਣਾ ਉਹ ਵੀ ਅਵੇਲੇਬਲ ਹੁੰਦੇ ਨੇ ਨਹੀਂ ਰਿਪੇਅਰ ਨਹੀਂ ਹੁੰਦੇ ਨਾ 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 ਰਿਪੇਅਰ ਵਾਲਾ ਤਾਂ ਬਈ ਛੱਡ ਹੀ ਦਿਓ ਉਹ ਤਾਂ ਮਸਲਾ ਹੀ ਛੱਡ ਦਿਓ ਹਾਂ ਮਾਸ਼ੀ ਬਈ ਜਦੋਂ ਕੋਈ ਗਾਹਕ ਪਵਾ ਕੇ ਲੈ ਜਾਂਦਾ ਟਾਇਰ ਆਪਣਾ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣੀ ਮਤਲਬ ਰਹਿੰਦੀ ਹੈ ਉਹਨੂੰ ਸਰਵਿਸ ਵੀ ਕੋਈ ਹਾਂਜੀ ਬਈ ਜਿਵੇਂ 5000 ਕਿਲੋਮੀਟਰ ਤੇ ਅਲਾਈਨਮੈਂਟ ਵੀਲ ਬੈਲੈਂਸਿੰਗ ਬਾਕੀ ਆਉਂਦਾ ਬਈ ਜਿਵੇਂ ਹੁਣ ਦੂਰੋਂ ਕਸਟਮਰ ਆਉਂਦਾ ਹੈ ਬਈ ਮੋਗਿਓਂ ਅਲਾਈਨਮੈਂਟ ਬੈਲੈਂਸਿੰਗ ਕਰਾਉਣ ਆਏ ਨੇ ਪਿਛਲੀ ਵਾਰੀ ਪਾਈ ਸੀ 5000 ਚੱਲ ਗਈ ਉਹ ਸਪੈਸ਼ਲ ਅੱਜ ਦੁਬਾਰੇ ਆਏ ਨੇ ਕਰਾਉਣ ਨਾ ਗੱਡੀ ਆ ਬਈ ਇਹਦੇ ਆਪਾਂ 24 ਇੰਚ ਪਾਏ ਨੇ ਦੇਖੋ ਇਹ ਤਾਂ ਸੋਹਣੀ ਬਹੁਤ ਲੱਗਦੀ ਹੈ ਇਹ ਹੁਣੇ ਆਪਾਂ ਗੱਲ ਕਰ ਰਹੇ ਜੀ ਇਹਦੇ ਬਾਰੇ ਜਿਵੇਂ ਸ਼ੌਂਕ ਹੈ ਬਈ ਆਹ ਕਲਿਪਰ ਰੈੱਡ ਕਰਤੇ ਹਲਕੇ ਹਲਕੇ ਜੇ ਹੈ ਨਾ ਆਹ ਚੀਜ਼ ਰੈੱਡ ਕਰਤੀ ਡਿਟੇਲਿੰਗ ਦੀ ਗੱਡੀ ਸੋਹਣੀ ਲੱਗਦੀ ਹੈਗੀ ਟਾਇਰ ਤੇ ਲਾਏ ਪਾਤੇ ਆਪਣਾ ਕਰੂਮ ਵਾਲਾ ਵੀਲ ਪਸੰਦ ਕਰਿਆ ਬਾਈ ਨੇ ਡਿਫਰੈਂਟ ਜੀ ਲੁੱਕ ਆਉਂਦੀ ਹੈਗੀ ਮੈਂ ਉਹਨਾਂ ਨੂੰ ਆਹ ਬਲੈਰੋ ਦੇ ਇਹ ਬਲੈਰੋ ਹਾਂਜੀ ਬਾਈ ਇਹ ਬਲੈਰੋ ਦੇ ਜਿਵੇਂ ਅੱਜ ਇਹਦੇ ਨਾਲ ਵੀ ਨੰਡਾ ਦਾ ਫਰਕ ਹੁੰਦਾ ਫਿਰ ਉਹ ਸਪੇਸਰ ਲੱਗ ਕੇ ਪੈਂਦੇ ਨੇ ਦੇਖੋ ਆਹ ਬਾਹਰ ਕੱਢੇ ਆ ਇਹ ਬਾਹਰ ਕੱਢ ਕੇ ਇਹ ਪੈਂਦਾ ਹੀ ਇਹਦੇ ਹੱਬ ਦਾ ਫਰਕ ਹੁੰਦਾ ਹੱਬ ਉੱਪਰ ਲੱਗ ਕੇ ਫੇਰ ਪੈਂਦਾ ਬਾਈ ਇਹ ਤੇ ਸਪੇਸਰ ਸਪੇਸਰ ਉਹ ਸਾਡੇ ਕੋਲ ਆਪਣੇ ਕੋਲ ਅਵੇਲੇਬਲ ਹੁੰਦੇ ਬਾਈ ਤੇ ਸਪੇਸਰ ਲਾ ਕੇ ਫੇਰ ਫਿੱਟ ਹੁੰਦਾ ਹੈਗਾ ਇਹ ਅੱਜ ਕੱਲ੍ਹ ਬਲੈਰੋ ਦਾ ਬੜਾ ਸ਼ੌਂਕ ਹੈ ਵੀ ਅਗਲਾ 20 ਇੰਚ 22 ਇੰਚ ਪਾਉਂਦਾ ਤੇ ਮਤਲਬ ਸਾਰਾ ਅਰੇਂਜਮੈਂਟ ਆਪਣੇ ਕੋਲ ਹੈਗਾ ਬਈ ਬਾਈ ਜਿਵੇਂ ਜੈਨ ਵੀਲਸ ਜੇ ਕੋਈ ਬੰਦਾ ਗੂਗਲ ਤੇ ਲਿਖ ਲੇ ਤਾਂ ਉਹਦੀ ਸਿੱਧੀ ਲੋਕੇਸ਼ਨ ਆ ਜਾਂਦੀ ਹੈ ਆ ਜੂਗੀ ਆ ਜਾਂਦੀ ਹੈ ਜੈਨ ਵੀਲਸ ਲਿਖ ਲੈਂਦਾ ਹਾਂਜੀ ਹਾਂਜੀ ਤਾਂ ਜੈਨ ਵੀਲਸ ਬਰਨਾਲਾ ਤੇ ਇਹ ਕਿਹੜਾ ਰੋਡ ਰਹਿ ਜਾਂਦਾ ਜਿੱਥੇ ਖਾਲਾ ਹੁੰਦਾ ਇਹ ਬਰਨਾਲੇ ਤੋਂ ਧਨੌਲਾ ਰੋਡ ਆ ਹਾਂਜੀ ਹਾਂ ਬਰਨਾਲੇ ਧਨੌਲਾ ਰੋਡ ਮੇਨ ਸਿਟੀ ਵੀ ਆ ਬਈ ਬਿਜਲੀ ਘਰ ਦੇ ਕੋਲੇ ਆ ਨਾਲ
ਮਤਲਬ ਬਾਕੀ ਪਤਾ ਹੀ ਆ ਵੀ ਉਰੇ ਉਹ ਕਲਾਕੇ ਜਿਹਨੂੰ ਮਰਜ਼ੀ ਪੁੱਛ ਲਓ ਜੈਨ ਵੀਲਸ ਨੂੰ ਤਕਰੀਬਨ ਲੋਕਾਂ ਨੂੰ ਪਤਾ ਹੀ ਆ ਜੌਂਡੀਅਰ ਦੀ ਏਜੰਸੀ ਆ ਨਾਲ ਜੈਨ ਵੀਲਸ ਬਰਨਾਲਾ ਭਰੋਂਗੇ ਨਾ ਤੁਸੀਂ ਤਾਂ ਸਿੱਧਾ ਵੰਸ਼ ਕੋਲੇ ਆ ਜਾਓਗੇ ਤੁਸੀਂ ਪਰ ਤੁਹਾਨੂੰ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਤੁਸੀਂ ਕਿਸੇ ਵੀ ਕਿਸੇ ਕੋਈ ਵੀ ਤੁਹਾਨੂੰ ਵੀਲ ਪਸੰਦ ਆ ਉਹਦੇ ਬਾਰੇ ਇਨਕੁਆਇਰੀ ਕਰਨੀ ਆ ਕੋਈ ਵੀ ਟਾਇਰ ਪਸੰਦ ਆ ਉਹਦੇ ਬਾਰੇ ਇਨਕੁਆਇਰੀ ਕਰਨੀ ਆ ਜਾਂ ਤੁਸੀਂ ਕੋਈ ਡਿਜ਼ਾਈਨ ਤੁਹਾਡੇ ਕੋਲੇ ਹੈਗਾ ਤੇ ਤੁਸੀਂ ਉਹਦੀ ਫੋਟੋ ਭੇਜ ਕੇ ਕੋਈ ਦਿੱਕਤ ਨਹੀਂ ਵੰਸ਼ ਨੂੰ ਫੋਟੋ ਭੇਜ ਦੇਣੀ ਹੈ ਤੇ ਵੰਸ਼ ਨੇ ਉਹ ਡਿਜ਼ਾਈਨ ਤੁਹਾਨੂੰ ਮੰਗਵਾ ਦੇਣਾ 1 ਇੰਚ ਉਸੇ ਵੈਰਾਈਟੀ ਦੇ ਵਿੱਚ ਤੁਹਾਨੂੰ ਅਵੇਲੇਬਲ ਕਰ ਦੇਣਾ ਹਾਂ ਹਾਂ ਬਈ ਕੋਈ ਦਿੱਕਤ ਨਹੀਂ ਜੋ ਮਰਜ਼ੀ ਤੁਸੀਂ ਰਿਕੁਆਇਰਮੈਂਟ ਪਾਓ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ 100% ਅਵੇਲੇਬਲ ਕਰਕੇ ਦੇਈਏ ਹਾਂ ਮੁੰਡਾ ਨਵਾਂ ਜਮਾ ਜੰਗ ਮੁੰਡਾ ਆਪ ਹੀ ਰੁਜ਼ਗਾਰ ਨਹੀਂ ਕਰ ਰਿਹਾ 20-25 ਮੁੰਡਿਆਂ ਨੂੰ ਰੁਜ਼ਗਾਰ ਹੋਰ ਵੀ ਦੇ ਰਿਹਾ ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਤਾਂ ਇਸ ਤਰ੍ਹਾਂ ਦੇ ਮੁੰਡਿਆਂ ਦੀ ਜੰਗ ਨੌਜਵਾਨਾਂ ਦੀ ਸਪੋਰਟ ਕਰਨੀ ਬਣਦੀ ਆ ਠੀਕ ਆ ਕੰਮ ਕਰਨਾ ਪੰਜਾਬ ਦਾ ਪੰਜਾਬ ਫੇਰ ਹੀ ਯਾਰ ਉੱਠੂਗਾ ਜੇ ਅਸੀਂ ਪੰਜਾਬ ਦੇ ਨੌਜਵਾਨਾਂ ਦੀ ਸਪੋਰਟ ਕਰਾਂਗੇ ਤਾਂ ਪੂਰੀ ਤੁੰਨ ਕੇ ਸਪੋਰਟ ਕਰਨੀ ਆ ਮੁੰਡੇ ਕੋਲੇ ਆ ਕੇ ਜਾਣਾ ਜੇ ਕਿਤੇ ਉਦਾਂ ਹੀ ਗੇੜਾ ਗੂੜਾ ਵੱਜੇ ਨਾ ਤਾਂ ਉਹ ਲਰੋੜ ਵਾਲੀ ਤਾਂ ਇੱਥੇ ਬਹਿ ਜਾ ਕਰੋ ਚਾਹ ਚੂ ਪਾਣੀ ਪੀ ਕੇ ਜਾਇਆ ਕਰੋ ਮੁੰਡੇ ਨੂੰ ਹੌਸਲਾ ਦੇ ਕੇ ਜਾਇਆ ਕਰੋ ਤੇ ਜਦੋਂ ਕੰਮ ਆ ਉਹ ਤਾਂ ਕਰਾਉਣਾ ਹੀ ਕਰਾਉਣਾ ਜਿਉਂਦੇ ਰਹੋ ਲੈ ਵੀ ਕੁਦਰਤੀ ਸਾਨੂੰ ਮੇਰਾ ਦੋਸਤ ਆ ਬਾਈ ਧਰਮਿੰਦਰ ਇਹ ਟੱਕਰ ਗਏ ਇੱਥੇ ਟੱਕਰ ਗਏ ਅਸੀਂ ਐਡ ਕਰਨਾ ਸੀ ਅਤੇ ਬਾਈ ਧਰਮਿੰਦਰ ਹੋਣੀ ਟੱਕਰ ਗਏ ਮੈਂ ਕਿਹਾ ਵੀ ਕਸਟਮਰ ਰਿਵਿਊ ਅਸਲ ਦੇ ਵਿੱਚ ਉਹ ਦੇਊਗਾ ਜਿਹੜਾ ਮੇਰਾ ਦੋਸਤ ਆ ਉਹ ਦੱਸ ਸਕਦਾ ਸਹੀ ਗੱਲ ਧਰਮਿੰਦਰ ਭਾਈ ਤੁਸੀਂ ਕਿੰਨਾ ਕੁ ਚਿਰ ਦੇ ਜੁੜਿਆ ਦੁਕਾਨ ਮੀਰ ਅਸੀਂ 25 ਸਾਲ ਤੋਂ 24-25 ਸਾਲ ਹੋ ਗਏ ਜੀ ਇੱਥੇ ਇਹਨੂੰ 3 ਸਾਲ ਹੋਏ ਦੁਕਾਨ ਕੀਤੀ ਨੂੰ ਇਹਨਾਂ ਦੇ ਫਾਦਰ ਸਾਹਿਬ ਦਾ ਜੀ ਨਾਂ ਗੌਰਵ ਮੋਟਰ ਦੇ ਨਾਲ ਆ ਜਿਵੇਂ ਏਰੀਆ ਸਾਰਾ ਹੀ ਜਾਣਦਾ ਜੀ ਆਪਣਾ ਗੌਰਵ ਮੋਟਰ ਕਰਕੇ ਇਹਦੇ ਫਾਦਰ ਸਾਹਿਬ ਨੂੰ ਜੀ ਕੋਈ ਜਾਣਿਆ ਪਹਿਚਾਣਿਆ ਨਾ ਹੋਆ ਜੀ ਗੌਰਵ ਮੋਟਰ ਦਾ ਹਾਂਜੀ ਉਹ ਅੱਛਾ ਉਹ ਉਹਨਾਂ ਦੇ ਮਤਲਬ ਅੱਗੇ ਇਹਨੇ 3 ਸਾਲ ਹੋਇਆ ਕਿਤੇ ਨੂੰ ਗੌਰਵ ਮੋਟਰ ਵਾਲਿਆਂ ਨੂੰ ਮਤਲਬ 25 ਸਾਲ ਜੀ ਇਹਦੇ ਡੈਡੀ ਨੂੰ 25 ਸਾਲ ਹੋ ਗਏ ਜੀ ਅੱਛਾ ਤੁਹਾਡਾ ਯਕੀਨ ਬਣਿਆ ਹੋਇਆ ਇਸ ਪਰਿਵਾਰ ਹਾਂਜੀ ਹਾਂਜੀ ਬਹੁਤ ਵਧੀਆ ਪਰਿਵਾਰ ਹੈ ਜੀ ਐਂ ਨਹੀਂ ਹੈਗਾ ਜੀ ਇਹਦਾ ਡੈਡੀ ਤਾਂ ਜਦੋਂ ਵੀ ਕੋਈ ਚੀਜ਼ ਮਿਲਦੀ ਨਹੀਂ ਸੀ ਉਸ ਵੇਲੇ ਵੀ ਜਿਵੇਂ ਗੱਡੀਆਂ ਘੱਟ ਮਿਲਦੀਆਂ ਹੁੰਦੀਆਂ ਸੀ ਉਦੋਂ ਜੀ ਉਦੋਂ ਗੱਡੀਆਂ ਵੀ ਮੰਗਵਾ ਕੇ ਦਿੰਦੇ ਸੀ ਵੀ ਆਹ ਗੱਡੀ ਮਰੂਤੀ ਵਾਲੀ ਗੱਡੀ ਮੰਗਵਾਤੀ ਇਹ ਤਾਂ ਜੀ ਉਹਨਾਂ ਦਾ ਬੇਟਾ ਫਿਰ ਵੀ ਉਦੋਂ ਗਾਹਾਂ ਵਧੀਆ ਕਰੂਗਾ ਜੀ ਹਾਂ ਸ਼ੁਕਰ ਹਾਂਜੀ ਬਹੁਤ ਚੰਗੀ ਗੱਲ ਆ ਬਾਈ ਮਤਲਬ ਇੰਨੇ ਸਾਲਾਂ ਤੋਂ ਇਸ ਪਰਿਵਾਰ ਤੇ ਯਕੀਨ ਬਣਾ ਹਾਂਜੀ ਹਾਂਜੀ ਅਸੀਂ 6-7 ਗੱਡੀਆਂ ਦੇ ਹੁਣ ਵੀ ਟਾਇਰ ਪਵਾ ਕੇ ਲੈ ਕੇ ਗਿਆ ਜੀ ਬਹੁਤ ਵਧੀਆ ਕੋਈ ਆਇਆ ਨਹੀਂ ਹੈਗੀ ਕੋਈ ਤਸੱਲੀ ਬਖਸ਼ ਕੰਮ ਕਰਦਾ ਜੀ ਮੁੰਡੇ ਨੂੰ 2 ਸਾਲਾਂ 'ਚ ਤਾਂ ਮੈਂ ਵੀ ਆਉਣਾ ਇਹਦੇ ਕੋਲੇ ਇਹਦੇ ਡੈਡੀ ਕੋਲੇ ਤਾਂ 25 ਸਾਲਾਂ ਦੇ ਆਉਣੇ ਆ ਜੀ ਹਾਂਜੀ ਹਾਂਜੀ ਬਹੁਤ ਧੰਨਵਾਦ ਬਾਈ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਜਿਉਂਦੇ ਰਹੋ